ਸਾਤਿਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਜੀਦ ਸਿੰਘ ਜੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਜੀ ਪ੍ਰੋਫੈਸਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਜਾ ਤੇ ਆਖਰੀ ਦਿਨ ਸੀ ਵਿਰੋਧੀਆਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਕਾਫੀ ਰੌਲਾ ਰੱਪਾ ਵੀ ਪਿਆ ਪਹਿਲਾ ਦਿਨ ਤਾਂ ਸ਼ਾਂਤ ਲੰਘ ਗਿਆ ਪਰ ਦੂਜੇ ਦਿਨ ਦੇ ਰੌਲੇ ਰੱਪੇ ਨੇ ਬੜਾ ਕੁਝ ਸਾਫ਼ ਵੀ ਕੀਤਾ ਮੁੱਦੇ ਜਿਸ ਤਰੀਕੇ ਦੇ ਨਾਲ ਉਭਾਰੇ ਗਏ ਜਿਵੇਂ ਸਰਕਾਰ ਦੀ ਘੇਰਾਬੰਦੀ ਕੀਤੀ ਗਈ ਇਹਨਾਂ ਨੂੰ ਉਸ ਗੱਲ ਉੱਤੇ ਵੀ ਲਿਆਂਦਾ ਗਿਆ ਕਿ ਤੁਸੀਂ ਤੇ ਕਹਿੰਦੇ ਸੀ ਕਿ ਲੰਬੇ ਦਿਨਾਂ ਦਾ ਸੈਸ਼ਨ ਹੋਣਾ ਚਾਹੀਦਾ ਜਿਹੜੇ ਬਿੱਲਾਂ ਦੀ ਗੱਲ ਤੁਸੀਂ ਪਾਸ ਕਰਾ ਲਈ ਜਾਂ ਪਾਸ ਹੋਏ ਨੇ ਉਹਨਾਂ ਸਾਰਿਆਂ ਦੇ ਉੱਤੇ ਬਹਿਸ ਕਿਉਂ ਨਹੀਂ ਕੀਤੀ ਕਿ ਲੋਕਾਂ ਨੂੰ ਪਤਾ ਤੇ ਲੱਗਦਾ ਆਖਿਰਕਾਰ ਕਿਹੜੇ ਬਿੱਲ ਅੰਦਰ ਪਾਸ ਹੋ ਗਏ ਉਹੀ ਗੱਲ ਆ ਗਈ ਕਿ ਆਪਣੇ ਆਪ ਹੀ ਆਪਣੀ ਬੋਕਲ ਚ ਗੁੜ ਭੰਨ ਲਿਆ ਗਿਆ ਕਿ ਜੀ ਸਹਿਮਤ ਹੋ ਤਾਂ ਸਹਿਮਤ ਹੋ ਜਿਹੜੇ ਨਹੀਂ ਸਹਿਮਤ ਤਾਂ ਕੋਈ ਵੀ ਨਹੀਂ ਸਹਿਮਤ ਉਹਦੇ ਵਿੱਚ ਆਇਆ ਮਤਲਬ ਬਹੁਤ ਸੰਮਤੀ ਦੇ ਨਾਲ ਪਾਸ ਸਾਰਾ ਕੁਝ ਕਰ ਲਿਆ ਗਿਆ ਪਰ ਬਹਿਸ ਦੀ ਜਦੋਂ ਗੱਲ ਆਈ ਕਿ ਘੱਟੋ ਘੱਟ ਪਤਾ ਤਾਂ ਲੱਗੇ ਲੋਕਾਂ ਨੂੰ ਕਿ ਅੰਦਰ ਚੱਲਦਾ ਕੀ ਆ ਕੋਈ ਸਰਕਾਰ ਦਾ ਕੰਮ ਹੁੰਦਾ ਬਿੱਲ ਲਿਆਉਣਾ ਬਿੱਲ ਦੇ ਨੂੰ ਪਾਸ ਕਰਾਉਣਾ ਉਹ ਤੇ ਨਹੀਂ ਕਿ ਪਾਸ ਹੋ ਹੀ ਸਕਦੇ ਹੁੰਦੇ ਪਰ ਜਿਹੜੇ ਬਿੱਲ ਆ ਉਨ੍ਹਾਂ ਨੂੰ ਵੀ ਮੇਰਾ ਖਿਆਲ ਚਾਹੀਦਾ ਤੇ ਇਹ ਕਿ 15-20 ਦਿਨ ਪਹਿਲਾਂ ਉਹ ਨੈੱਟ ਤੇ ਵੀ ਪਾਇਆ ਜਾਏ ਤਾਂ ਕਿ ਕੋਈ ਪਬਲਿਕ ਤੋਂ ਵੀ ਓਪੀਨੀਅਨ ਆ ਸਕਦੀ ਆ ਉਸ ਨੂੰ ਪ੍ਰਚਾਰਿਆ ਜਾਏ ਕਿ ਅਸੀਂ ਆ ਬਿੱਲ ਲੈ ਕੇ ਆਉਣ ਵਾਲੇ ਆ ਕੋਈ ਕਿਸੇ ਦੀ ਓਪੀਨੀਅਨ ਹੈ ਤਾਂ ਸਾਨੂੰ ਦੱਸੋ ਵਿਰੋਧੀ ਪਾਰਟੀਆਂ ਨੂੰ ਵੇਲੇ ਸਿਰ ਉਹ ਬਿੱਲਾਂ ਦਾ ਖਰੜਾ ਭੇਜਿਆ ਜਾਏ ਤਾਂ ਕਿ ਉਹ ਆਪਣੀ ਤਿਆਰੀ ਕਰਕੇ ਆਉਣ ਜੋ ਉਹਦੇ ਵਿੱਚ ਕਮੀਆਂ ਪੇਸ਼ੀਓ ਦੱਸਣ ਇਹ ਇੱਕ ਆ ਮਾਨਦਰਾਨਾ ਤਰੀਕਾ ਹੈਗਾ ਜਿਹੜਾ ਕਿ ਇਹ ਵੀ ਮੰਗ ਕਰਦੇ ਰਹੇ ਕਿ ਇੰਜ ਹੋਣਾ ਚਾਹੀਦਾ ਤੇ ਵਾਕਿਆ ਹੋਣਾ ਵੀ ਮੇਰਾ ਖਿਆਲ ਹੈ ਕਿ ਰੂਲ ਜਿਹੜੀ ਰੂਲ ਬੁੱਕ ਆ ਉਹਦੇ ਮੁਤਾਬਕ ਵੀ ਇਹੋ ਕੁਝ ਹੈਗਾ ਪਰ ਹੁ ਇੱਥੇ ਐਨਾ ਜਿਹਨੂੰ ਕਹਿ ਲੋ ਕਿ ਆਪਾਤਾਪੀ ਪੈ ਗਈ ਹੋਈ ਆ ਐਨਾ ਸਿਸਟਮ ਜਿਹੜਾ ਵਿਗੜ ਚੁੱਕਾ ਆ ਜਾਂ ਕੁਝ ਵੀ ਕਹਿ ਲੋ ਉਸ ਨੂੰ ਜਿਹਦਾ ਜਿਸ ਤਰੀਕੇ ਨਾਲ ਦਾ ਲੱਗਦਾ ਉਹ ਜੀ ਤੱਕੀ ਤੁਰਿਆ ਜਾਂਦਾ ਕੋਈ ਕਿਸੇ ਨੂੰ ਪੁੱਛਦਾ ਨਹੀਂ ਉਹ ਕਹਿੰਦੇ ਸਾਡੇ ਕੋ 92 92 ਆ ਗਿਆ ਤੇ ਮਤਲਬ ਹੁਣ 92 ਆਦੀ ਇੱਥੇ ਤੂਤੀ ਭੋਲੂਗੀ ਡਿਕਟੇਟਰ ਛਿਪ ਚੱਲੂਗੀ ਅਸੀਂ ਬਾਕੀ ਦੀਆਂ ਦੀ ਪਰਵਾਹ ਨਹੀਂ ਕਰਦੇ ਇਹ ਚੰਗੀ ਗੱਲ ਸੀ ਕਿ ਭਗਵੰਤ ਮਾਨ ਹੁਣੀ ਪਹਿਲੇ ਦਿਨ ਬੜੇ ਨਰਮ ਟੋਨ ਦੇ ਵਿੱਚ ਬੜੇ ਇੱਕ ਦੂਜੇ ਨਾਲ ਸਾਥ ਮਿਲ ਜੁਲ ਕੇ इवन ਜਣੀ ਸਭ ਤੋਂ ਚੰਗੀ ਗੱਲ ਤੇ ਬਨਵਾਰੀ لال ਪੁਜੋਤ ਹੁਣਾ ਬਾਰੇ ਵੀ ਸ਼ਬਦ ਜਿਹੜੇ ਐ ਮੱਖਣ ਵਾਂਗੂ ਨਰਮਾ ਪੜੇ ਸੀਗੇ ਪਰ ਨਾਲ ਇਹ ਵੀ ਉਹਨਾਂ ਨੇ ਜਿਹੜੇ ਵਿਰੋਧੀ ਬੰਦੇ ਉਹਨਾਂ ਨੇ ਇਹ ਕਿਹਾ ਕਿ ਬੈਠੇ ਹੀ ਨਹੀਂ ਪੂਰਾ ਸੈਸ਼ਨ ਬੈਠਣਾ ਚਾਹੀਦਾ ਸੀ ਇਸ ਵਿੱਚ ਪੂਰਾ ਇੰਟਰਸਟ ਲੈਣਾ ਚਾਹੀਦਾ ਸ਼ਾਇਦ ਅੱਜ ਤੇ ਦਰਸ਼ਨ ਵੀ ਨਹੀਂ ਦੂਜੇ ਦਿਨ ਜਿਹੜੇ ਦਰਸ਼ਨ ਵੀ ਨਹੀਂ ਹੋਏ ਉਹਨਾਂ ਦੇ ਇਹ ਗੱਲਾਂ ਉੱਥੇ ਜਿਹੜੀਆਂ ਚੱਲੀਆਂ ਆ ਕਿ ਇਹ ਬਹੁਤ ਦਿਲਚਸਪੀ ਲੈਣੀ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੇ ਸਵਾਲਾਂ ਵੱਲ ਉਹ ਨਹੀਂ ਉੱਥੇ ਦੇਖਣ ਨੂੰ ਮਿਲਿਆ ਮੈਂ ਹੁਣੇ ਸੁਣ ਰਿਹਾ ਸੀਗਾ ਇੰਟਰਵਿਊਜ਼ ਹਰ ਪਾਲਸੀ ਮੰਦੀ ਇੰਟਰਵਿਊ ਸੀ ਹੋਰ ਨਾ ਇੰਟਰਵਿਊਆਂ ਦੀ ਸਰਕਾਰ ਵੱਲੋਂ ਆ ਰਹੀਆਂ ਸੀ ਮੀਡੀਆ ਇੱਕ ਧਿਰ ਤੇ ਕਾਫੀ ਉਸ ਗੱਲ ਨੂੰ ਕਵਰ ਕਰਦਾ ਉਹ ਕਹਿ ਰਹੇ ਸੀ ਦੇਖੋ ਜੀ ਇਹ ਤੇ ਜੇ ਲੰਬਾ ਸੈਸ਼ਨ ਕਰਨਾ ਉਹ ਤੇ ਵਿਰੋਧੀ ਪਾਰਟੀਆਂ ਨੇ ਕਰਨਾ ਵ੍ਰੋਧੀ ਪਾਰਟੀਆਂ ਆਪਣੇ ਪੈਰਲਲ ਪ੍ਰਾਈਵੇਟ ਬਿੱਲੇ ਕੇ ਲੈ ਕੇ ਆਉਣ ਅਸੀਂ ਉਹਨਾਂ ਨੂੰ ਫੁੱਲ ਚਰਚਾ ਕਰਨ ਲਈ ਟਾਈਮ ਦੇਾਂਗੇ ਉਹ ਆਪਣੇ ਮੁੱਦੇ ਲੈ ਕੇ ਆਉਣ ਅਸੀਂ ਉਹਨਾਂ ਨੂੰ ਟਾਈਮ ਦੇਾਂਗੇ ਕਰਦੇ ਕੁਝ ਹੈ ਨਹੀਂ ਸਾਨੂੰ ਕਹੀ ਜਾਂਦੇ ਸੈਸ਼ਨ ਲੰਬਾ ਕਰੋ ਤੇ ਗਿੱਦਾ ਪਾਉਣਾ ਸੈਸ਼ਨ ਲੰਬਾ ਕਰਕੇ ਕਾਰਵਾਈ ਕੀਤੀ ਤੇ ਅਸੀਂ ਚਲੇ ਗਏ ਉਹ ਇਹ ਕਹਿੰਦੇ ਆ ਕਿ ਦੇਖੋ ਜੀ ਹੁਣ ਜਿਹੜੀ ਵਿਰੋਧੀ ਪਾਰਟੀ ਆਉਗੀ ਕਹਿੰਦੇ ਆ ਤੁਸੀਂ ਰੰਦਾਵਾ ਸਾਹਿਬ ਦੇ ਸੰਜਿੰਦਰ ਸਿੰਘ ਰੰਦਾਵਾ ਫਿਰ ਉਹਨਾਂ ਦੇ ਪ੍ਰਧਾਨ ਜਿਹੜੇ ਆ ਰਾਜਾ ਬੜਿੰਗ ਉਹਨਾਂ ਦਾ ਈਮਰ ਪ੍ਰਗਟ ਸਿੰਘ ਫਿਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਬਾਹਰ ਆ ਕੇ ਗੱਲਾਂ ਬਾਤਾਂ ਕੱਲੇ-ਕੱਲੇ মিডিਆ ਨਾਲ ਲੰਮੀਆਂ ਇੰਟਰਵਿਊ ਦਿੱਤੀਆਂ ਉਹ ਕਹਿੰਦੇ ਜੀ ਆਹ ਦੇਖ ਲਓ ਪਿੱਛੇ ਘੜੀ ਦਿਖ ਵੀ ਰਹੀ ਸੀ ਕਹਿੰਦੇ ਸਾਢੇ 12 ਵਜੇ ਆ ਤੇ 2 ਵਜੇ ਸੈਸ਼ਨ ਸ਼ੁਰੂ ਹੁੰਦਾ ਆ ਕੱਲ ਤੇ 24 ਘੰਟੇ ਵੀ ਦੇਣੀ ਪੂਰਾ ਸੈਸ਼ਨ ਪੂਰਾ 24 ਘੰਟੇ ਵੀ ਪੂਰੇ ਨਹੀਂ ਅੱਜ ਦੇ 2 ਵਜੇ ਤੱਕ 24 ਘੰਟੇ ਹੋਣੇ ਸੀਗੇ ਵਿਧਾਨ ਸਭਾ ਨੂੰ ਤੇ ਜਦੋਂ ਇਹ ਖਰਚਿਆਂ ਦੀ ਗੱਲ ਕਰਦੇ ਹੋਰ ਕਰਦੇ ਆ ਤੇ ਘੱਟੋ ਘੱਟ ਇਹਨਾਂ ਨੂੰ ਤਿੰਨ ਚਾਰ ਦਿਨ ਤੇ ਰੱਖਣਾ ਚਾਹੀਦਾ ਸੈਸ਼ਨ ਸ਼ੁੱਕਰਵਾਰੀ ਤੱਕ ਰੱਖਦੇ ਉਹ ਕਹਿੰਦੇ ਹਫਤਾ ਰੱਖਦੇ ਹਫਤਾ ਨਹੀਂ ਤੇ ਚਲੋ ਘੱਟੋ ਘੱਟ ਬੁੱਧ ਵੀਰ ਸ਼ੁਕਰ ਮੰਗਲ ਬੁੱਧ ਵੀਰ ਸ਼ੁਕਰ ਚਾਰ ਦਿਨ ਹੀ ਰੱਖ ਲੈਂਦੇ ਸਾਡਾ ਕੁਝ ਤੇ ਗੁੱਬਗਵਾਰ ਨਿਕਲਦਾ ਉਹ ਸਾਰੇ ਮੁੱਦੇ ਜਿਹੜੇ ਪੰਜਾਬ ਦੇ ਐਸ ਵੇਲੇ ਉਹ ਸਵਾਲ ਬਣਾ ਕੇ ਕਹਿੰਦੇ 40 ਸਵਾਲ ਅਸੀਂ ਦਿੱਤੇ ਆ ਅਸੀਂ ਉਹ ਉੱਥੇ ਰੱਖਣਾ ਚਾਹੁੰਦੇ ਸੀ ਉਹ ਕਹਿੰਦੇ ਸਾਡੀ ਮੀਟਿੰਗ ਵੀ ਹੋਈ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿਹਦੇ ਨਾਲ ਜਿਹੜੇ ਸਾਡੇ ਵਿਧਾਨ ਸਭਾ ਦੇ ਸਪੀਕਰ ਆ ਸੰਧਵਾ ਸਾਹਿਬ ਦੇ ਨਾਲ ਉਹਨਾਂ ਨੇ ਕਿਹਾ ਸਾਨੂੰ ਵਿਸ਼ਵਾਸ ਵੀ ਦਿਵਾਇਆ ਸੀਗਾ ਕਿ ਤੁਹਾਨੂੰ ਟਾਈਮ ਵੀ ਮਿਲੂਗਾ ਔਰ ਅਸੀਂ ਇਹ ਸੈਸ਼ਨ ਨੂੰ ਜਿਸ ਤਰ੍ਹਾਂ ਤੁਸੀਂ ਕਹੋ ਉਸ ਤਰੀਕੇ ਨਾਲ ਹੀ ਚਲਾਵਾਂਗੇ ਤੇ ਬਾਅਦ ਵਿੱਚ ਉਹਨੂੰ ਵਾਈਂਡ ਅਪ ਕਰਨ ਲੱਗਿਆ ਮਿੰਟ ਨਹੀਂ ਲਾਇਆ ਇਹ ਤੇ ਫਿਰ ਇੱਕ ਉਹਨਾਂ ਨੂੰ ਗੁੱਸਾ ਸੀ ਇਸ ਗੱਲ ਦੀ ਨਰਾਜਗੀ ਸੀ ਤੇ ਨਰਾਸ਼ਾ ਸੀ ਇਹ ਉਹਨਾਂ ਦੀਆਂ ਗੱਲਾਂ ਚੋਂ ਲੱਗ ਰਿਹਾ ਸੀ ਤਾਂ ਉਹ ਇਹ ਕਹਿੰਦੀ ਕਿ ਇਸ ਮੁੱਦੇ ਕਿਹੜੇ ਪੰਜਾਬ ਦੇ ਅਸੀਂ ਸਾਰੇ ਜਿੱਤਰਾ ਲੁੱਟਾਂ ਖੋਹਾਂ ਇਹ ਸਾਰੀਆਂ ਬਹੁਤ ਵੱਧ ਚੁੱਕੀਆਂ ਆ ਉਹਦਾ ਇੱਕ ਇੱਕ ਹੱਦ ਤੱਕ ਸੰਬੰਧ ਗੈਂਗਸਟਰਾਂ ਨਾਲ ਆ ਗੈਂਗਸਟਰਾਂ ਦਾ ਗਾਂ ਸਬੰਧ ਕਈਆਂ ਨਸ਼ੇ ਵਾਲੇ ਤਸਕਰਾਂ ਨਾਲ ਵੀ ਹੋਊਗਾ ਉਹ ਵੀ ਹੈ ਜਿਹਨੂੰ ਫਿਰ ਜਿਹੜੇ ਨਸ਼ੇੜੀ ਆ ਉਹ ਛੋਟੀਆਂ ਮੋਟੀਆਂ ਲੁੱਟਾਂ ਖੋਹਾਂ ਨੂੰ ਲੱਗੇ ਹੋਏ ਆ ਇਹ ਸਾਰੇ ਕੰਮ ਦੇ ਉੱਤੇ ਅਸੀਂ ਗੱਲ ਲਾਅ ਐਂਡ ਆਰਡਰ ਦੀ ਰੰਧਾਵਾ ਤੁਸੀਂ ਜਾਣਦੇ ਹੋ ਜਨਰਲ ਸੁਖੀ ਰੰਧਾਵਾ ਕਹਿੰਦੇ ਉਹ ਕਹਿ ਰਹੇ ਸੀ ਕਿ ਫਲਾਨੀ ਮੈਂ মিডিਆ ਵਾਲਿਆਂ ਨੂੰ ਓਪਨਲੀ ਕਹਿਨਾ ਕਿ ਫਲਾਨੀ ਨਹਿਰ ਤੇ ਮੇਰੇ ਨਾਲ ਚਲੋ ਉਹ ਉਹ ਜੇ ਇੱਥੋਂ ਨੰਗ ਜਾਣ ਤੇ ਮੈਂ ਮਾਫੀ ਮੰਗ ਲੂੰਗਾ ਵਿਧਾਨ ਸਭਾ ਤੋਂ ਉਹ ਕਿਸੇ ਨਹਿਰ ਤੇ ਕਹਿੰਦੇ ਰਾਏ ਪੈ ਕੇ ਜੇ ਸੁਰਖਰੂ ਬਿਨਾ ਕਿਸੇ ਕਿਸੇ ਦੇ ਲੁੱਟ ਖੋਦ ਨੰਗ ਜਾਣ ਜਾਣੀ ਇਹ ਪੰਜਾਬ ਦੇ ਹਾਲਾਤ ਉਹ ਆਪਣੇ ਢੰਗ ਦੇ ਨਾਲ ਬਿਆਨ ਕਰ ਰਹੇ ਸੀਗੇ ਇਸੇ ਤਰੀਕੇ ਨਾਲ ਹੋਰ ਵੀ ਜੋ ਉੱਥੇ ਸਾਰੀਆਂ ਲੁੱਟਾਂ ਖਵਾ ਉਹਨਾਂ ਦੇ ਆਪਣੇ ਏਰੀਏ ਦੇ ਵਿੱਚ ਗੁਰਦਾਸਪੁਰ ਚ ਹੋ ਰਹੀਆਂ ਉਹਨਾਂ ਦਾ ਉਹਨਾਂ ਨੇ ਬਿਆਨ ਕੀਤਾ ਕਿ ਇਹ ਮਰਡਰ ਹੋਣੇ ਇਹ ਹੋਣਾ ਇਹ ਹੁਣ ਰੋਜ਼ ਮਰਦਾ ਦਾ ਕੰਮ ਹੋ ਗਿਆ ਇਹ ਬੰਦ ਹੋਣਾ ਚਾਹੀਦਾ ਇਹ ਗੱਲਾਂ ਲਾਅਨ ਆਰਡਰ ਦੇ ਨਾਲ ਨਾਲ ਜਿਹੜੇ ਨਸ਼ਿਆਂ ਦੀ ਗੱਲ ਉਹ ਬਾਤਨਾ ਚਾਹੁੰਦੇ ਸੀ ਫਿਰ ਹੋਰ ਜਿੰਨੀਆਂ ਮੀਆ EMPLOYEES ਦੀਆਂ ਗੱਲਾਂ 올ਡ ਪੈਨਸ਼ਨ ਸਕੀਮੀਆਂ ਕਿਸਾਨਾਂ ਦੇ ਮੁੱਦੇ ਆ ਉਹ ਜਿਹੜੇ ਜਿਹੜੇ ਕਿਸਾਨਾਂ ਨੇ ਆ ਕੇ ਇੱਥੇ ਬਾਰੇ ਉਹ ਕਹਿੰਦੇ ਨਾ ਸਾਰੀਆਂ ਦੇ ਉੱਤੇ ਅਸੀਂ ਰੇਤਾ ਬਜਰੀ ਦੇ mafie ਤੇ ਗੱਲ ਕਰਨਾ ਚਾਹੁੰਦੇ ਸੀ ਹੋਰ ਨਾ ਮੁੱਦੇ ਆ ਤੇ 40 ਸਵਾਲ ਅਸੀਂ ਦਿੱਤੇ ਸੀ ਇਹ ਕਰਨਾ ਚਾਹੁੰਦੇ ਸੀ ਸਾਨੂੰ ਟਾਈਮ ਨਹੀਂ ਦਿੱਤਾ ਗਿਆ ਇਹ ਗੱਲ ਤੇ ਤੇ ਦੇਖੋ ਤੁਸੀਂ ਵੀ ਸਹਿਮਤ ਹੋਵੋਗੇ ਕਿ ਵਿਧਾਨ ਸਭਾ ਕੱਲਾ ਇੱਕ ਆਪਣਾ ਖਾਣਾ ਪੂਰਤੀ ਨਹੀਂ ਹੈਗੀ ਕਿ ਆਪਣੇ ਕੰਮ ਕੱਢ ਕੇ ਫਿਰ ਤੁਸੀਂ ਕੌਣ ਤੇ ਮੈਂ ਕੌਣ ਆਉ ਜਾਵਾਂ ਆਉ ਜਾ ਤੁਸੀਂ ਕਰ ਕੁਝ ਸਕਦੇ ਨਹੀਂ ਕਿਉਂਕਿ ਬੰਦੇ ਸਾਡੇ ਕੋ ਬੰਦੇ ਆਗੇ ਉਹੀ ਦਿੱਲੀ ਚ ਹੁੰਦਾ ਪਾਰਲੀਮੈਂਟ ਚ ਹੁੰਦਾ ਉਹੀ ਸੂਬਿਆਂ ਚ ਹੋਣ ਲੱਗ ਗਿਆ ਜੇ ਬਹਿਸ ਦੀ ਜਗ੍ਹਾ ਹੀ ਨਹੀਂ ਇਹਦਾ ਮਤਲਬ ਇਹ ਡੈਮੋਕ੍ਰੇਸੀ ਨਹੀਂ ਡੈਮੋਕ੍ਰੇਸੀ ਕਾਦੀ ਜਾਂ ਫਿਰ ਤੇ ਆਟੋਕ੍ਰੇਸੀ ਹੋ ਗਈ ਵੀ ਜੋ ਮੇਰੇ ਮਨ ਚਉਗਾ ਮੈਂ ਕਰੂੰਗਾ ਤੁਸੀਂ ਤੁਰੇ ਫਿਰੋ ਡੰਡੇ ਵਜਾਉਂਦੇ ਜੋ ਕਰਨ ਰੌਲਾ ਪਾਉਣਾ ਬਾਹਰ ਜਾਣਾ ਬਾਕਾਉਟ ਕਰਨਾ ਬਾਕਾਉਟ ਕਰ ਲਓ ਫਿਰ ਕੀ ਫਿਰਕ ਪਊਗਾ ਅਸੀਂ ਤੇ ਆਪਣਾ ਕੰਮ ਕਰੀ ਜਾਣਾ ਕਾਨੂੰਨ ਸਾਨੂੰ ਇਜਾਜ਼ਤ ਦਿੰਦਾ ਇਸ ਤਰੀਕੇ ਨਾਲ ਇਹ ਠੀਕ ਨਹੀਂ ਹੈਗਾ ਇਨਕਲੂਸਿਵ ਹੋਣੀ ਚਾਹੀਦੀ ਹੈ ਔਰ ਫਿਰ ਤੇ ਇਹਦਾ ਮਤਲਬ ਆ ਇੱਕ ਦਿਨ ਇਹੋ ਜਿਹਾ ਆ ਜਾਊਗਾ ਕਿ ਇਹ ਤਾਲਾ ਲਾਉਣਾ ਬਹੁਤ ਹੈ ਇਹਦਾ ਕੋਈ ਅਰਥ ਹੀ ਨਹੀਂ ਰੋ ਅਰਥ ਹੀ ਨਹੀਂ ਹੋ ਜੀ ਨਾ ਸਾਰਾ ਕੁਝ ਜਿਸ ਕੰਮ ਲਈ ਸਾਰੇ ਬੰਦੇ ਚੁਣ ਕੇ ਭੇਜੇ ਜਾਂਦੇ ਆ ਵਿਰੋਧੀ ਪਾਰਟੀਆਂ ਦੀ ਭੂਮਿਕਾ ਰੂਲਿੰਗ ਨਾਲੋਂ ਘੱਟ ਨਹੀਂ ਹੁੰਦੀ ਉਹਨਾਂ ਦੀ ਜਿਹੜੀਆਂ ਇਹ ਸ਼ਿਕਾਇਤਾਂ ਉਹਨਾਂ ਕੱਲੇ ਕੱਲੇ ਬੰਦੇ ਨੇ ਲਾਈਆਂ ਅੱਜ ਮੈਨੂੰ ਲੱਗਦਾ ਕਿ ਉਸ ਨੂੰ ਐਡਰੈਸ ਕਰਨਾ ਚਾਹੀਦਾ ਖਾਸ ਕਰਕੇ ਜਦੋਂ ਉਹਨਾਂ ਨੇ ਸੈਸ਼ਨ ਦੇ ਦੂਜੇ ਦਿਨ ਦੇ ਸੈਸ਼ਨ ਤੋਂ ਪਹਿਲਾਂ ਜੇ ਮੀਟਿੰਗ ਕਰਕੇ ਕਹਿ ਦਿੱਤਾ ਸੀਗਾ ਕਿ ਆ ਸਾਡੀਆਂ ਗੱਲਾਂ ਸਾਨੂੰ ਦਿਓ ਤੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਵੀ ਦਿੱਤਾ ਗਿਆ ਸੀ ਪਤਾ ਨਹੀਂ ਹੁਣ ਇਹ ਕਿਹੜੀ ਰਾਜਨੀਤੀ ਤੇ ਕਿਉਂ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਬਿੱਲ ਜਿਹੜੇ ਆ ਉਹ ਤੁਸੀਂ ਜਾਣਦੇ ਆ ਜਿਹੜੇ ਪਾਸ ਹੋਏ ਜੇ ਉਹਦੇ ਬਾਰੇ ਕੋਈ ਗੱਲ ਕਰਨੀ ਹੈ ਤੇ ਆਪਾਂ ਕਰ ਸਕਦੇ ਹਾਂ ਹਾਂਜੀ ਬਿੱਲ ਬਾਰੇ ਗੱਲ ਕਰਦੇ ਹਾਂ ਜਿਹੜਾ ਪੀਬੀ 03 ਵਾਲੇ ਦੀ ਗੱਲ ਕੀਤੀ ਹੈ ਜਾਂ ਹੋਰ ਜਿਹੜੇ ਬਿੱਲਾਂ ਨੂੰ ਪਾਸ ਕੀਤਾ ਗਿਆ ਉਹਨਾਂ ਬਾਰੇ ਜਿਵੇਂ ਕਿਹਾ ਕਿ ਇੱਕ ਵਾਰੀ ਉਹ ਕਹਿੰਦੇ ਨੇ ਕਿ ਸਾਨੂੰ ਦੱਸਦੇ ਦਿਓ ਕੀ ਲੈ ਕੇ ਆਉਣਾ ਤਾਂ ਉਹ ਬਿੱਲਾਂ ਦੇ ਬਾਰੇ ਜੋ ਹਰਪਾਲਜੀ ਮਸਾਲ ਉਸ ਤਰੀਕੇ ਨਾਲ ਦਾਅਵੇ ਕਰ ਰਹੇ ਨੇ ਕਿ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਪੈਸਾ ਆਏਗਾ ਪ੍ਰੋਫੈਸਰ ਸਾਹਿਬ ਇਹ ਗੱਲ ਕਿਹਨਾਂ ਤੱਕ ਜਾਇਜ਼ ਆ ਖਜ਼ਾਨੇ ਜੋ ਪੈਸਾ ਕਿੱਥੋਂ ਆਉਣਾ ਖਜ਼ਾਨੇ ਚੋਂ ਪੈਸਾ ਤਾਂ ਹੀ ਆਉਣਾ ਜੇ ਸਾਡੀ ਇਕਨੋਮੀ ਠੀਕ ਹੋਊਗੀ ਇਹ ਤੇ ਉਹ ਜਿਸ ਤਰ੍ਹਾਂ ਮਤਲਬ ਆ ਉਹ ਹੁੰਦੇ ਆ ਨਾ ਲੇਜੀ ਮੈਨ ਉਹ ਕਹਿੰਦੇ ਜਾਮਨੂਆ ਦੇ ਬੂਟੇ ਥੱਲੇ ਮੂੰਹ ਖੋਲ ਕੇ ਬਹਿ ਗਏ ਪੀ ਜਾਂ ਮੈਨੂੰ ਤੋੜਿਆ ਨਹੀਂ ਨਾ ਝੁਗਿਆ ਨਾ ਕੁਛ ਨਹੀਂ ਦੇਖਿਆ ਵੀ ਮੂੰਹ ਖੋਲ ਕੇ ਪੈ ਗਏ ਲੰਬੇ ਵੀ ਆਪੇ ਉੱਥੋਂ ਡਿੱਗ ਪੂ ਕਦੀ ਨਾ ਕਦੀ ਤੇ ਡਿੱਗੂਗਾ ਉਹ ਹਾਲਤ ਸਾਡੀ ਹੈਗੀ ਇੰਨਾ ਲੇਜੀ ਹੋ ਕੇ ਕੰਮ ਨਹੀਂ ਚੱਲਣਾ ਹੈ ਕੰਮ ਤੇ ਤੁਹਾਨੂੰ ਕੁਛ ਨਾ ਕੁਛ ਆਪਣੀ ਦੇਖੋ ਜੇ ਲੌਂਡਰ ਆਰਡਰ ਨਹੀਂ ਕਿਸੇ ਇੰਡਸਟਰੀ ਲਈ ਨਹੀਂ ਆਉਣਾ ਤੇ ਜਿਹੜੀ ਆ ਹੈਗੀ ਉਹਨੇ ਵੀ ਇੱਥੇ ਟਿਕਣਾ ਨਹੀਂ ਉਹਨੇ ਭੱਜ ਲੈਣਾ ਕਿਉਂਕਿ ਇੱਥੇ ਜਿਹੜੇ ਜੇ ਕਾਰੋਬਾਰੀ ਆਉਣਾ ਤੇ ਕੈਸ਼ ਲੈ ਕੇ ਅੰਦਰ ਬਾਹਰ ਜਾਣਾ ਹੁੰਦਾ ਤੇ ਉਹ ਜੇ ਉਹ ਨਹੀਂ ਹੈਗਾ ਇਹ ਤੇ ਫਿਰ ਭੁੱਲ ਜੋ ਜੇ ਉਹ ਇੰਡਸਟਰੀ ਨਹੀਂ ਹੈਗੀ ਜਾਂ ਸਰਵਿਸ ਇੰਡਸਟਰੀ ਜਾਂ ਟੂਰਿਜ਼ਮ ਵੀ ਇਹੋ ਜਿਹੇ ਹਾਲਾਤਾਂ ਚ ਕਿਹੋ ਜਿਹਾ ਹੋਊਗਾ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਸਾਰਾ ਕੁਝ ਹੈ ਨਹੀਂ ਤੁਹਾਡੇ ਕੋਲ ਪੈਸਾ ਹੀ ਨਹੀਂ ਆਉਣਾ ਜੇ ਪੈਸਾ ਜਿੱਥੋਂ ਆਉਣਾ ਉਥੋਂ ਵੀ ਤੁਸੀਂ ਕੋਸ਼ਿਸ਼ਾਂ ਨਹੀਂ ਪੂਰੀਆਂ ਕਰ ਰਹੇ ਹੋ ਤੇ ਵਿਰੋਧੀ ਪਾਰਟੀ ਵੀ ਚੀਕ-ਚੀਕ ਕਰ ਰਹੇ ਹੋ ਦਿਖਦਾ ਵੀ ਹੈਗਾ ਆਇਆ ਨਹੀਂ ਪੈਸਾ ਤੇ ਦਾ ਮਤਲਬ ਨਹੀਂ ਆਇਆ ਕਿਉਂਕਿ ਖਜ਼ਾਨੇ 'ਚ ਹੀ ਆਉਣਾ ਨਾ ਹੁਣ ਇੰਨੇ ਜਿਹੜੇ ਬਿੱਲ ਕੀਤੇ ਉਹ ਦੋ ਕੀਤੇ ਆ ਇੱਕ ਤੇ ਜਿਹੜਾ PB03 ਹਰਪਾਲਜੀ ਮੇ ਬੜੀਆਂ ਇਨੋਸੈਂਟ ਜੀਆਂ ਗੱਲਾਂ ਮੈਨੂੰ ਉਹ ਜਿਹੜਾ ਜਰਨਲਿਸਟ ਸੀਗਾ ਜਿਹੜਾ ਇੰਟਰਵਿਊ ਕਰ ਰਿਹਾ ਉਹਦੀ ਸਿਆਣ ਉਹ ਸਭ ਤੋਂ ਜ਼ਿਆਦਾ ਚੁਸਤ ਮੈਨੂੰ ਲੱਗਾ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਇਹ ਕਹਿ ਰਿਹਾ ਜੀ ਜੇ ਤੁਸੀਂ ਪੰਜਾਬੀ ਹੁਣ ਮੰਨ ਲਓ ਜੀ ਗੋਆ ਚਲੇਗੇ ਹਰਪਾਲਜੀ ਮੰਨ ਲੈਂਦੇ ਆ ਉੱਥੇ ਜਾ ਕੇ ਤੁਸੀਂ ਕੁਝ ਵੀ ਸਾਬਣ ਸੋਡਾ ਲੂੰਡ ਤੇਲ ਖਰੀਦਿਆ ਜਾਂ ਕੋਈ ਤੁਸੀਂ ਮੰਨ ਲਓ ਕੋਈ ਕਾਰ ਜਾਂ ਕੋਈ ਵੱਡੀ ਚੀਜ਼ ਮਹਿੰਗੀ ਖਰੀਦ ਲਈ ਜਦੋਂ ਤੁਹਾਡਾ ਬਿੱਲ ਬਣੇ ਅਸੀਂ ਇਹ ਪਾਸ ਕਰ ਦਿੱਤਾ ਇੱਥੇ ਉਹਦੇ ਰੂਲ ਵੀ ਬਣਾ ਲਾਂਗੇ ਜਦੋਂ ਬਿੱਲ ਬਣੇ ਤੁਸੀਂ ਉਹਨਾਂ ਨੂੰ ਕਹਣੇ ਦੀ ਰੁਕੋ 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 ਬਿੱਲ ਨਾ ਬਣਾਓ ਉਹ ਜੀ ਕੀ ਗੱਲ ਆ ਤੁਸੀਂ ਇਹਦੇ 'ਚ ਐਂਟਰੀ ਮਾਰੋ ਪੀਬੀ 03 03 ਦਾ ਇਹਦਾ ਐਂਟਰੀ ਮਾਰੋ ਤੇ ਪਹਿਲਾਂ ਤੇ ਕੱਲੇ ਕੱਲੇ ਬੰਦੇ ਨੂੰ ਸਮਝਾਉਗੇ ਕਿ 03 ਕੀ ਹੁੰਦਾ ਆ ਪਿੰਡਾਂ ਦੇ ਬੰਦੇ ਬਹੁਤੇ ਬਿੱਲ ਨਹੀਂ ਲੈਣਾ ਚਾਹੁੰਦੇ ਉਹਨਾਂ ਨੂੰ ਪਤਾ ਕਿ ਜੇ ਬਿੱਲ ਲਿਆ ਤੇ ਨਾਲ ਜਿਹੜਾ ਟੈਕਸ ਦੇਣਾ ਪਊ ਅਗਲਾ ਦੁਕਾਨਦਾਰ ਹੀ ਕਹਿੰਦਾ ਕਹਿੰਦਾ ਜੀ ਜੇ ਤੇ ਬਿੱਲ ਲੈਣਾ ਪੱਕਾ ਜਾਂ ਬਿੱਲ ਨਾਲ ਲੈਣਾ ਫੇਰ ਆ 5000 ਰੁਪਏ ਕੋਈ ਵੀ ਚੀਜ਼ ਆ ਮੈਂ ਵੈਸੇ ਹੀ ਕਹਿ ਰਿਹਾ ਨਹੀਂ ਤੇ ਤੁਸੀਂ 4.5 ਦੇਖੇ ਗਿਆ ਉਹ ਕਹਿੰਦੇ ਮੈਂ ਬਿੱਲ ਸਿਰ ਚ ਮਾਰਨਾ ਮੈਂ ਕਿਹੜਾ ਕਿਤੇ ਜਾ ਕੇ ਸਰਕਾਰ ਦੇ ਉੱਥੇ ਦਫਤਰੇ ਦੇਣਾ ਮੈਂ ਤੇ ਕੋਲੋਂ ਖਰਚਣਾ ਤੁਸੀਂ ਮੈਨੂੰ ਦੇ ਦਿਓ ਜੀ 4.5 ਹਜ਼ਾਰ ਦਾ ਬਿੱਲ ਛੱਡੋ ਜਿਹੜਾ ਪੀਬੀ03 ਜਿੱਥੇ ਮਰਜੀ ਲਿਖ ਦਿਓ ਨਹੀਂ ਲਿਖਣਾ ਨਾ ਲਿਖੋ ਇਹ ਕਹੀ ਦੇ ਕਿ ਤੁਸੀਂ ਲੋਕ ਪੰਜਾਬੀ ਸਾਡੇ ਪੰਜਾਬ ਦੇ ਖਜ਼ਾਨੇ ਲਈ ਐਨੇ ਦੇਸ਼ ਭਗਤ ਪੰਜਾਬ ਭਗਤ ਹੋ ਜਾਣ ਕਿ ਉਹ ਜਗ੍ਹਾ-ਜਗ੍ਹਾ ਜਾ ਕੇ ਕਹਿਣ ਵੀ ਅਸੀਂ ਤੇ ਬਿੱਲ ਲੈਣਾ ਹੀ ਲੈਣਾ ਜੇ ਦੁਕਾਨ ਪਹਿਲੀ ਗੱਲ ਦੂਜਾ ਗੱਲ ਜੇ ਬਿੱਲ ਲੈਣਾ ਤੇ ਬਿੱਲ ਦੇ ਉੱਤੇ ਇਹ ਲਿਖਾਓ ਸਾਡਾ GST ਉੱਥੋਂ ਸਾਨੂੰ GST ਪੰਜਾਬ ਦੇ ਖਜ਼ਾਨੇ 'ਚ ਆ ਜੂ ਤੁਸੀਂ ਨਾ ਕਰਿਓ ਤੁਸੀਂ ਇੱਥੇ ਜਿਹੜੇ ਆਪਣੇ ਬੰਦੇ ਆ ਜਿਹੜੇ ਆਪ ਤੇ ਲੁੱਟਣ ਸਾਰਾ ਸਿਸਟਮ ਲੁੱਟ ਦਾ ਭਰਿਆ ਪਿਆ ਉਥੋਂ ਤੁਸੀਂ ਆਪਣੇ ਸਰਕਾਰੀ ਖਜ਼ਾਨੇ ਜਿਹੜਾ ਪੈਸੇ ਲੈ ਕੇ ਲੈ ਕੇ ਆਇਓ ਪੰਜਾਬ ਦੇ ਲੋਕ ਜਿਹੜੇ ਬਾਹਰ ਜਾ ਰਹੇ ਆ ਜਾਂ ਬਾਹਰ ਬੈਠੇ ਹੋਇਆ ਉਹਨਾਂ ਨੂੰ ਤੁਸੀਂ ਕਹੋਗੇ ਉਹ ਪੰਜਾਬ ਨੂੰ ਹੁਣ ਪੈਸਾ ਭੇਜਣ ਇਹ ਬਾਹਰ ਦਾ ਵੀ ਬਿੱਲ ਬਣਾ ਦਿਓ ਕੋਈ ਬਾਹਰਦਿਆਂ ਕੋਲ ਪੈਸੇ ਥੋੜੇ ਸ਼ਾਇਦ ਜ਼ਿਆਦਾ ਹੋਣ ਕਈਆਂ ਕੋਲ ਉਥੋਂ ਵੀ ਜਿਹੜੇ ਪੈਸੇ ਆਉਣੇ ਸ਼ੁਰੂ ਹੋ ਜਾਣੇ ਇਹਦਾ ਵੀ ਕੋਈ ਬਿੱਲ ਅਗਲੀ ਵਾਰੀ ਲੈ ਕੇ ਆਓ ਤਾਂ ਕਿ ਆਪਾਂ ਆਪਣਾ ਢਿੱਡ ਚੰਗੀ ਤਰ੍ਹਾਂ ਚੁੱਕ ਕੇ ਨੰਗਾ ਕਰਕੇ ਦਿਖਾ ਦਈਏ ਕਿ ਬਿਲਕੁਲ ਸਾਡਾ ਤੇ ਢਿੱਡ ਅੰਦਰ ਚਲਾ ਗਿਆ ਹੈ ਨਹੀਂ ਦਾਣਾ ਪਾਣੀ ਉਹ ਵੀ ਮੋਦੀ ਵਾਲੇ ਪੈਸੇ ਵੀ ਜਿਹੜੇ ਆਟਾ ਦਾਲ ਆ ਉਹ ਵੀ 80 ਕਰੋੜ ਨਾਲ ਸਾਡਾ ਤੇ ਕੋਈ ਗੁਜ਼ਾਰਾ ਹੋ ਨਹੀਂ ਰਿਹਾ ਜਿਹੜੇ ਪੈਸੇ ਹੁਣੇ 5 ਸਾਲ ਲਈ ਐਕਸਟੈਂਡ ਹੋ ਗਿਆ ਉਹ ਵੀ ਹੁਣ ਮੇਰੀ ਮੇਰੀ ਬੇਨਤੀ ਇਹੀ ਹੈ ਇਹ ਹੈਗੇ ਹਵਾਈ ਗੱਲਾਂ ਸ਼ੁਗਲ ਸ਼ੁਗਲ ਇਹਦੇ ਨਾਲ ਸਰਕਾਰ ਦਾ ਖਜ਼ਾਨਾ ਬਾਹਰ ਲੈ ਕਿੰਨੇ ਕ ਬੰਦੇ ਜਾਣ ਕੀ ਜਾਣ ਕੀ ਉਹ ਪਤਾ ਲੈਣ ਕੀ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਇਨਸੈਂਟਿਵ ਕੀ ਆ ਜਾਨ ਤੁਸੀਂ ਇਹ ਕਹੋ ਵੀ ਤੁਸੀਂ ਜੇ ਐਨੇ ਬਿੱਲ ਦਾ ਐਨੇ ਪੈਸੇ ਸਾਨੂੰ ਸਰਕਾਰੀ ਖਜ਼ਾਨੇ ਚ ਲਿਆਓਗੇ ਤੁਹਾਡੇ ਖੇਹ ਏਰੀਏ ਦੇ ਵਿੱਚ ਉਹਦਾ 25% ਅਸੀਂ ਤੁਹਾਨੂੰ ਤੁਹਾਡੇ ਅਕਾਊਂਟ ਚ ਪਾਵਾਂਗੇ ਕਿਰਤੇ ਸਾਰੇ ਹੋ ਬੁੱਬ ਕੇ ਕਹਿਣਗੇ ਚੰਗਾ ਯਾਰ ਨਾਲੇ ਸੇਵਾ ਨਾਲੇ ਮੇਵਾ ਪੇ ਸਰਕਾਰ ਨੂੰ ਵੀ ਪੈਸਾ ਚਲੇਗਾ ਥੋੜਾ ਬਹੁਤ ਸਾਡੀ ਚੁੰਝ ਵੀ ਹਰੀ ਹੋ ਗਈ ਐਡੀ ਕਿਤੇ ਤੁਸੀਂ ਪੰਜਾਬ ਪ੍ਰਸਤੀ ਦਿਖਾਓ ਜੇ ਪੋਲਿਟੀਸ਼ੀਅਨ ਨਹੀਂ ਕੋਈ ਦੇਸ਼ ਭਗਤੀ ਤੇ ਪੰਜਾਬ ਪ੍ਰਸਤੀ ਜਾਂ ਆਪਣੇ ਲੋਕ ਪ੍ਰਸਤੀ ਦਿਖਾਉਂਦੇ ਤੇ ਲੋਕਾਂ ਦੀ ਡਿਊਟੀ ਲਾਤੀ ਆ ਵੀ ਹੁਣ ਤੁਸੀਂ ਕਰੋ ਸਾਡਾ ਤੇ ਕੰਮ ਨਹੀਂ ਅਸੀਂ ਤਾਂ ਆਪਣੇ ਕੰਮ 'ਚ ਲੱਗੇ ਰਹਿਣਾ ਜੋ ਅਸੀਂ ਕਰਦੇ ਇਹੀ ਇਹਦਾ ਮਤਲਬ ਹੋਇਆ ਉਹ ਗੱਲ ਕੋਈ ਪ੍ਰੈਕਟੀਕਲੀ ਉਹਨੇ ਫਿਰ ਜਰਨਲਿਸਟ ਨੇ ਸਵਾਲ ਇਹ ਕੀਤਾ ਅੱਗੇਓ ਮੇਰਾ ਕਿ ਕੋਈ ਇਕਨੋਮਿਕਸ ਵਿੱਚ ਇੰਟਰਸਟ ਨਹੀਂ ਜੀ ਮੈਂ ਤਾਂ ਥੋੜਾ ਤੁਹਾਨੂੰ ਦੱਸ ਰਿਹਾ ਜਰਨਲਿਸਟ ਨੇ ਸਵਾਲ ਕੀਤਾ ਜੀ ਇਹ ਦੱਸੋ ਫਿਰ ਜਿਹੜੇ ਬਾਹਰਲੇ ਇੱਥੇ ਆਉਣਗੇ ਤੁਸੀਂ ਜੀਐਸਟੀ ਦੇ ਉੱਥੇ ਕੋਈ ਕੌਂਸਲ ਦੇ ਵਿੱਚ ਇਹੋ ਜਿਹੀਆਂ ਗੱਲਾਂ ਦਾ ਮਤਾ ਪਕਾ ਕੇ ਆਏ ਹੋਣੇ ਆ ਕਿ ਬਿੱਲ ਪਾਸ ਕਰਤਾ ਫਿਰ ਉਹਨਾਂ ਸੂਬਿਆਂ ਦੇ ਵਿੱਚ ਨੂੰ ਵੀ ਤੇ ਫਿਰ ਪੈਸਾ ਇੱਥੋਂ ਜਾਊਗਾ ਉਹ ਕਹਿੰਦੇ ਜੀ ਹਾਂ ਜੇ ਕੋਈ ਬੈਂਗਲੌਰ ਦਾ ਇੱਥੇ ਬੰਦਾ ਆਉਂਦਾ ਤਾਮਿਲਨਾਡੂ ਦਾ ਆਉਂਦਾ ਉਹ ਇੱਥੇ ਖਰਚਾ ਕਰਦੇ ਉਹ ਕਹਿਣਗੇ ਜੀ ਸਾਡਾ ਬੈਂਗਲੌਰ ਦਾ ਬੀਲ ਆ ਕੇ ਜਾਂ ਕਰਨਾਟਕਾ ਦਾ ਕੇ ਲਾ ਕੇ ਤੇ ਸਾਡਾ 05 ਲਾ ਦਿਓ ਜੀ ਅਸੀਂ ਆਪਣੇ ਸੂਬੇ ਨੂੰ ਪੈਸਾ ਭੇਜਣਾ ਫਿਰ ਨੈਟ ਗੱਲ ਤੇ ਉੱਥੇ ਹੀ ਰਹਿ ਗਈ ਜੇ ਉਹ ਉਹ ਸਾਡੇ ਇੱਥੇ ਆ ਕੇ ਪੈਸਾ ਆਪਣੇ ਸੂਬੇ ਨੂੰ ਲੈ ਗਏ ਅਸੀਂ ਉਹਨਾਂ ਦੇ ਸੂਬੇ ਚੋਂ ਆਪਣੇ ਪੈਸੇ ਨੂੰ ਇੱਥੇ ਲੈ ਆਏ ਤੇ ਨੈਟ ਗੱਲ ਤੇ ਉੱਥੇ ਰਹਿ ਗਈ ਸਾਨੂੰ ਫਾਇਦਾ ਨੈਟ ਖਜ਼ਾਨਾ ਕਿੱਥੋਂ ਭਰੂਗਾ ਲੋਕ ਬੇਵਕੂਪ ਆ ਜੇ ਤੁਸੀਂ ਕਰੋਗੇ ਉਹ ਵੀ ਕਰਨਗੇ ਇਸ ਲਈ ਇਹ ਗੱਲ ਤੇ ਮੈਨੂੰ ਬਿਲਕੁਲ ਹੀ ਖਜ਼ਾਨੇ ਚ ਕੋਈ ਪੈਸਾ ਲਿਆਉਣ ਵਾਲੀ ਪਰ ਵੈਸੇ ਫਿਰ ਵੀ ਜੇ ਕੋਈ ਪਤਾ ਨਹੀਂ ਹੁੰਦਾ ਸਾਡੀ ਅਕਲ ਕਈ ਵਾਰੀ ਉੱਥੇ ਤੱਕ ਨਹੀਂ ਪਹੁੰਚਦੀ ਜਿੰਨੀ ਫਾਈਨੈਂਸ ਮਿਨਿਸਟਰ ਦੀ ਦੂਰ ਤੱਕ ਪਹੁੰਚਦੀ ਆ ਜਾਂ ਸੀ타 ਰਮਨ ਦੀ ਨਿਰਮਲਾ ਸੀ타 ਰਮਨ ਦੀ ਪਹੁੰਚਦੀ ਹੈ ਕਿਉਂਕਿ ਸੱਚੋ ਵੀ ਕਿੰਨੇ ਉਹਦੇ ਫਾਈਨੈਂਸ ਦੇ ਕੀੜੇ ਹੁੰਦੇ ਆ ਜੇ ਉੱਥੋਂ ਪੈਸਾ ਆਉਂਦਾ ਪਰ ਦੱਸ ਜ਼ਰੂਰ ਦੇਣ ਪਬਲਿਕ ਨੂੰ ਕਿ ਕਿੰਨੇ ਕੁ 100 ਕਰੋੜ ਜਾਂ ਕਿੰਨੇ ਕਰੋੜ ਹੀ ਕਹਿ ਲਓ 100 ਤੇ ਕਿੰਨੇ ਕੁ ਹੋਣੇ ਆ ਕਿੰਨੇ ਕੁ ਕਰੋੜ ਪੈਸਾ ਇਹ 0 ਇਹ ਪੰਜਾਬ ਪੀਬੀ 03 ਦੇ ਨਾਲ ਪੰਜਾਬ ਨੂੰ ਆ ਗਿਆ ਦੂਸਰੀ ਗੱਲ ਇਹ ਆ ਕਿ ਕਹਿ ਰਿਹਾ ਕਿ ਅਸੀਂ ਸੋਨੇ ਆ ਕਿ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਸ਼ਨ ਜੀਐਸਡੀਪੀ ਜਿਹੜੀ ਹੁੰਦੀ ਆ ਉਹ ਜਿਸ ਤਰੀਕੇ ਨਾਲ ਸਾਡੀ ਟੋਟਲ ਧਨ ਦੌਲਤ ਪੰਜਾਬ ਦੇ ਅੰਦਰ ਕਿੰਨੀ ਪੈਦਾ ਹੋਈ ਆ ਉਸ ਦੇ ਅਗੇਂਸਟ ਉਹਦੇ ਪ੍ਰਪੋਰਸ਼ਨ 'ਚ ਤੁਸੀਂ ਕਰਜ਼ਾ ਲੈਣਾ ਹੁੰਦਾ ਭਾਵੇਂ ਉਹ ਪ੍ਰਾਈਵੇਟਾਂ ਤੋਂ ਲਓ ਭਾਵੇਂ ਅੰਦਰੋਂ ਲਓ ਭਾਵੇਂ ਬਾਹਰ ਲਿਆਂ ਤੋਂ ਕਿਤੇ ਲਓ ਉਹ ਕਰਜ਼ਾ ਉਹਦੀ ਪ੍ਰਪੋਰਸ਼ਨ 'ਚ ਲੈਣਾ ਹੁੰਦਾ ਉਹ ਕਹਿੰਦੇ ਕੋ ਉਹਦੀ ਲਿਮਟ ਵਧਾ ਦਿਓ ਤਾਂ ਕਿ ਹੋਰ ਜਿੰਨਾ ਕ ਅਸੀਂ ਬਚੇ ਹਾਂ ਕਰਜ਼ਾਈ ਕਰ ਦਿਓ ਇਹ ਤੇ ਹੋਰ ਵੀ ਮਾੜੀ ਗੱਲ ਜਾਨੀ ਇਹ ਵੀ ਉਸੇ ਗੱਲ ਹੀ ਆ ਕਿ ਸਾਡੇ ਹੱਥ ਖੜੇ ਆ ਪੈਸੇ ਲੋਕ ਦਿੰਦੇ ਨਹੀਂ ਖਜ਼ਾਨਾ ਪੀਪਾ ਖੜਕ ਰਿਹਾ ਤੇ ਜੇ ਪੀਪਾ ਖੜਕ ਰਿਹਾ ਜਿਹੜਾ ਭਗਵੰਤ ਮਾਨ ਨੂੰ ਨਹੀਂ ਕਹਿੰਦੇ ਸੀ ਤਾਂ ਉਹਦੇ ਚ ਕੁਝ ਪਾਉਣ ਲਈ ਫਿਰ ਸਾਨੂੰ ਕਰਜ਼ਾ ਲੈ ਕੇ ਵਿੱਚ ਪਾ ਦਿੰਦੇ ਨੋਟ ਜਿਵੇਂ ਉਹ ਅਰਜنٹਾਈਨਾ ਦਾ ਤੁਹਾਨੂੰ ਉੱਥੇ ਇਨਫਲੇਸ਼ਨ ਜਾਂਦੀ ਆ ਮਾਰਦੀ ਛਾਲਾ 100% 150% ਇਹ ਇਨਫਲੇਸ਼ਨ ਰੇਟ ਉੱਥੇ ਹੈਗਾ ਉਹ ਉਹ ਕਰੰਸੀ ਸਾਰੀ ਆਪਣੀ ਅਰਜنٹਾਈਨਾ ਵਾਲੇ ਖਤਮ ਕਰਕੇ ਤੇ ਡਾਲਰ ਅਮਰੀਕਾ ਨਾਲ ਸਿੱਧਾ ਜੋੜਨ ਨੂੰ ਫਿਰਦੇ ਆ ਤਾਂ ਕਿ ਕੋਈ ਨੋਟ ਸਾਫ ਹੀ ਨਾ ਸਕੇ ਸਾਡਾ ਕਿਤੇ ਹਾਲਤ ਇਹੋ ਜੀ ਪੰਜਾਬ ਦੀ ਨਾ ਅਰਜੈਂਟਾਈਨਾ ਵਾਲੀ ਬਣੇ ਕਿ ਕੋਈ ਕੰਟਰੋਲ ਨਾ ਹੋਵੇ ਇਹਨਾਂ ਨੂੰ ਸਕੀਮਾਂ ਉਹ ਕੱਢਣੀਆਂ ਚਾਹੀਦੀਆਂ ਕਿ ਆਪਣੇ ਘਰ ਚ ਹੀ ਸਾਡੇ ਸਾਧਨ ਜਿਹੜੇ ਆ ਜੁਟਾ ਕੇ ਲੋਕਾਂ ਨੂੰ ਜੁਟਾ ਕੇ ਲੋਕਾਂ ਨੂੰ ਕੰਮ ਦੇ ਕੇ ਅਸੀਂ ਕੁਝ ਨਾ ਕੁਝ ਆਪਣੀ ਅਰਥਵਿਵਸਥਾ ਨੂੰ ਸੰਭੀਏ ਆਪਣੀ ਜ਼ਿੰਮੇਵਾਰੀ ਆਪ ਨਿਭਾਈਏ ਲੋਕ ਆਪਣੀ ਜ਼ਿੰਮੇਵਾਰੀ ਜਿੰਨੀ ਕੋਈ ਕੋਨਾ ਕੋ ਨਿਭੂ ਵੀ ਉਹ ਜ਼ਰੂਰ ਨਭਾਉਣ ਲਈ ਉਹ ਤੇ ਤਿਆਰ ਹੀ ਰਹਿੰਦੇ ਆ ਕਾਸ ਵਾਲੀ ਕਵਿਧਾਨ ਸਭਾ ਦੇ ਵਿੱਚ ਪ੍ਰੋਫੈਸਰ ਬੇਵੀ ਹੋਇਆ ਕਿ ਪ੍ਰਾਣੀ ਪੈਨਸ਼ਨ ਸਕੀਮ ਦਾ ਕੀ ਬਣਿਆ ਸਰਕਾਰ ਤੇ ਕਹਿੰਦੀ ਸੀ ਕਿ ਸਾਡੇ ਖਾਤੇ 'ਚ ਪੈਸਾ ਬਹੁਤ ਹੈ ਖਾਤੇ ਪੈਸੇ ਦੀ ਕਮੀ ਕੋਈ ਨਹੀਂ ਲੋਕਾਂ ਦੇ ਟੈਕਸ ਦਾ ਪੈਸਾ ਹੈ ਲੋਕਾਂ ਤੇ ਲੋਣਾ ਫਿਰ ਕਹਿੰਦੇ ਕਿ ਅਪੰਡਕੁੰਡ ਜਿਹੜੇ ਵੀ ਜੋ ਵੀ ਡੀਏ, ਟੀਏ ਵਗੈਰਾ ਜੋ ਵੀ ਵਧਾਉਣਾ ਘਟਾਉਣਾ ਸਾਰਾ ਕੁਝ ਉਹ ਤੁਸੀਂ ਮੁਲਾਜ਼ਮਾਂ ਨੂੰ ਕਿਉਂ ਸੁੱਕਣੇ ਪਾਇਆ ਕਿਉਂ ਨਹੀਂ ਉਹਨਾਂ ਦੀ ਮੰਗ ਮੰਨਦੇ ਨੇ ਮੰਗਨੀ ਉਹ ਮੰਨੀ ਜਾਣੀ ਮੈਂ ਤੁਹਾਨੂੰ ਅੱਗੇ ਵੀ ਇੱਕ ਦਿਨ ਦੱਸਿਆ ਸੀਗਾ ਮੈਂ ਇੱਕ ਜਿਹੜੇ ਪੈਨਸ਼ਨ ਦੇ ਵੀ ਸਾਡੇ ਕਈ ਬੜੇ ਐਕਸਪਰਟ ਹੈ ਜਿਨ੍ਹਾਂ ਕੋ ਵੱਡਾ ਗੌਰ ਜ ਐਕਸਪਰਟ ਪੈਨਸ਼ਨ ਦੀ 올ਡ ਪੈਨਸ਼ਨ ਤੇ ਨਵੀਂ ਪੈਨਸ਼ਨ ਦੇ ਮਾਮਲੇ ਆਂਦਾ ਉਹ ਦੇਰ ਦੇ ਕੰਮ ਕਰ ਰਿਹਾ ਮੈਗਜ਼ੀਨ ਵਗੈਰਾ ਵੀ ਕੱਢਦੇ ਇਹਨਾਂ ਗੱਲਾਂ ਤੇ ਤੇ ਲੋਕਾਂ ਨੂੰ ਹਰ ਮਹੀਨੇ ਜਿਹੜੇ ਸਾਡੇ ਕਰਮਚਾਰੀਆ ਉਹਨਾਂ ਨੂੰ ਉਹਦੇ ਬਾਰੇ ਸਮਝਾਉਂਦੇ ਵੀ ਆ ਉਹਨਾਂ ਦਾ ਕਹਿਣਾ ਇਹ ਆ ਕਿ ਪੈਨਸ਼ਨ ਲਾਗੂ ਨਹੀਂ ਹੋਣੀ ਮੈਂ ਕਿਹਾ ਵੀ ਕਿਉਂ ਕਹਿੰਦੇ ਜੀ ਗੱਲ ਬੜੀ ਸਿੰਪਲ ਆ 1 ਜਨਵਰੀ 2004 ਤੋਂ ਨਵੀਂ ਪੈਨਸ਼ਨ ਲੱਗੀ ਆ ਇੰਨਾ ਬੰਦਿਆਂ ਨੇ ਜੀ अर्ਲੀਐਸਟ 20 ਸਾਲ ਦੀ ਉਮਰ 'ਚ ਕੋਈ ਰਿਟਾਇਰ ਹੋਊਗਾ ਤਾਂ ਹੀ ਪੈਨਸ਼ਨ ਮਿਲੂਗੀ अर्ਲੀਐਸਟ ਬੈਸਟੇ 30 ਸਾਲ ਦੀ ਉਮਰ ਤੱਕ 31 32 ਇਸ ਤਰ੍ਹਾਂ ਰਿਟਾਇਰ ਹੁੰਦੇ ਆ ਪਰ ਚਲੋ ਜੇ 20 ਸਾਲਾਂ 'ਚ ਰਿਟਾਇਰ ਹੋ ਤਾਂ ਵੀ 2024 'ਚ ਰਿਟਾਇਰ ਹੋਣੇ ਸ਼ੁਰੂ ਹੋਣਗੇ ਤਾਂ ਹੀ ਪੈਨਸ਼ਨ ਦਾ ਮਾਮਲਾ ਆਊਗਾ ਪੁਰ ਤੱਕ ਜਨਰਲ ਇਲੈਕਸ਼ਨ ਤੇ ਹੋ ਗਈ ਹੋਣੀ ਆ ਇਹ ਕਈ ਵੀ ਜਾਣ ਕੇ ਲਾਗੂ ਕਰ ਦੇਾਂਗੇ ਕਰ ਦੇਾਂਗੇ ਅਸਲ ਚ ਜਾ ਕੇ ਇਹ ਬੰਦੇ ਰਿਟਾਇਰ ਜੇ ਔਸਤਨ 25 26 ਸਾਲ ਦੀ ਕਰਨਗੇ ਤੇ ਰਿਟਾਇਰ ਹੋਣਗੇ ਇਹ 2030 ਵਿੱਚ ਗੱਲ ਉਹਨਾਂ ਦੀ ਠੀਕ ਆ ਤਾਂ ਜਿਹੜੀ ਨਵੀਂ ਪੈਨਸ਼ਨ ਹੈ ਉਹ ਲਾਗੂ ਹੋਊਗੀ ਉਦੋਂ ਤੱਕ ਤੇ ਜਿਹੜੀ ਪੁਰਾਣੀ ਪੈਨਸ਼ਨ ਹੈ ਉਹ ਚੱਲ ਹੀ ਰਹੀ ਹੈ ਉਦੋਂ ਪਹਿਲਾਂ ਵਾਲਿਆਂ ਦੀ ਜਿਹੜੇ ਜਿਵੇਂ ਜਿਵੇਂ ਰਿਟਾਇਰ ਹੁੰਦੇ ਆ ਪੁਰਾਣੀ ਪੈਨਸ਼ਨ ਮਿਲ ਰਹੀ ਆ ਇੰਨੇ ਨੇ ਵੇਚੀ ਰੋਲ ਕਚੂੜਾ ਜਾ ਪਾ ਕੇ ਵੀ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਲਾਗੂ ਕਰਾਂਗੇ ਨੋਟੀਫਿਕੇਸ਼ਨ ਘਾਰਤੀ ਲੋਕਾਂ ਨੂੰ ਕਹਿੰਦੇ ਸਿ ਸੋਚਦੇ ਸੀ ਵੀ ਪਿਛੜਾ ਕੇ ਤੇ ਅਸੀਂ ਉਹ ਪੈਸੇ ਤੇ ਦੇਣੇ ਨਹੀਂ ਪੈਣਗੇ ਪੁਰਾਣੀ ਪੈਨਸ਼ਨ ਦੇ ਪੈਸੇ ਦਿੱਤੇ ਜਾ ਰਹੇ ਆਲਰੇਡੀ ਕਿਉਂਕਿ ਉਹ 2004 ਤੋਂ ਪਹਿਲਾਂ ਵਾਲੇ ਰਿਟਾਇਰ ਹੋ ਰਹੇ ਆ 2004 ਤੋਂ ਨਵੀਂ ਪੈਨਸ਼ਨ ਵਾਲੇ ਤੇ ਅਜੇ ਰਿਟਾਇਰ ਹੋਣੇ ਨਹੀਂ ਸ਼ੁਰੂ ਹੋਏ ਠੀਕ ਇਨਾਂ ਨੂੰ ਉਹ ਕਹਿੰਦੇ ਕਿ ਜੇ ਦੇਣੀ ਆ ਤੁਸੀਂ ਤੇ ਇਹਨਾਂ ਨੂੰ ਹੁਣ ਤੋਂ ਦੋਗੇ ਤਾਂ ਹੀ ਜਦੋਂ ਉਹਨੂੰ ਰਿਟਾਇਰ ਹੋਣਗੇ ਉਹ ਵੀ ਆਪਣੇ ਘਰ ਦੇ ਵਿੱਚ ਖਰਚੇ ਪਰਚੇ ਜਿਨ੍ਹਾਂ ਨੇ ਪਲਾਟ ਲੈਣੇ ਗੱਡੀ ਲੈਣੇ ਜੋ ਵੀ ਕੁਝ ਕਰਨਾ ਉਹ ਉਸ ਕਿਸਮ ਨਾਲ ਖਰਚੇ ਸ਼ੁਰੂ ਕਰ ਦੇਣ ਕਿ ਪੈਨਸ਼ਨ ਤੇ ਮਿਲਣੀ ਮਿਲਣੀ ਆ ਤੇ ਮਿਲੀ ਪੈਨਸ਼ਨ ਮਿਲਣੀ ਆ ਉਹ ਜਿਹੜੇ EMPLYE ਆ ਉਹ ਇਸ ਗੱਲ ਹੀ ਬਜ਼ਿਦ ਹੈਗੇ ਆ ਉਹ ਇਸ ਗੱਲ ਦੇ ਚਰਚੇ ਕਰ ਰਹੇ ਆ ਪਰ ਸਰਕਾਰ ਉਹਨਾਂ ਦਾ ਬੇਕੂਬ ਬਣਾਉਣਾ ਚਾਹੁੰਦੀ ਸੀ ਮੇਰਾ ਖਿਆਲ ਹੈ ਕਿ ਉਹਦੇ ਵਿੱਚ ਕੋਈ ਬਹੁਤੇ ਕਾਮਯਾਬ ਨਹੀਂ ਹੋਣੀ ਉਹ ਗੱਲ ਆਈ ਗਈ ਹੁੰਦੀ ਆ ਕਿਸੇ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਇੰਨੇ ਸਾਲਾਂ ਬਾਅਦ ਦੁਬਾਰਾ ਨਹੀਂ ਲਿਆਉਣਾ ਉਹ ਡੁਗਡੁਗੀ ਵਜਾ ਕੇ ਵੋਟਾਂ ਦਾ ਮਸੌਦਾ ਸੀਗਾ ਵੋਟਾਂ ਇੱਕ ਵਾਰੀ ਪੈ ਗਈਆਂ ਇਹ ਹੋ ਸਕਦਾ ਹੈ ਹੁਣ ਤੁਸੀਂ ਇਹ ਸਵਾਲ ਇੱਥੇ ਜ਼ਰੂਰ ਕਰ ਸਕਦੇ ਆ ਕਿ ਜਿਹੜੀ ਹਿਮਾਚਲ ਤੇ ਰਾਜਸਥਾਨ ਦੇ ਵਿੱਚ ਕਾਂਗਰਸ ਨੇ ਕਿਵੇਂ ਲਾਗੂ ਕੀਤੀ ਇਸਵਾਲ ਵੈਸੇ ਇਹ ਹਾਂ ਇਹ ਇਹ ਵੀ ਸਵਾਲ ਉਸੇ ਤਰੀਕੇ ਨਾਲ ਐਕਸਪਲੇਨ ਕੀਤਾ ਜਾ ਸਕਦਾ ਜਿਵੇਂ ਮੈਂ ਪੰਜਾਬ ਬਾਰੇ ਐਕਸਪਲੇਨ ਕਰ ਰਿਹਾ ਭੀ ਅਜੇ ਤੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਤੇ ਦੇ ਹੀ ਰਹੇ ਆ ਲਾਗੂ ਕਰਤੀ ਤੇ ਕਰਤੀ ਅਜੇ ਤੇ ਦੇਣੀ ਤੇ ਅਜੇ ਹੋਰ ਪ੍ਰਾਣੀਆਂ ਨੂੰ ਪਹਿਣੀ ਪੈਣੀ ਆ ਕਈ ਸਾਲ ਅਜੇ ਪੁਰਾਣੀ ਪੈਨਸ਼ਨ ਦੇਣੀ ਪੈਣੀ ਆ ਤੂੰ ਦੇ ਹੀ ਜਾ ਰਹੇ ਆ ਇਸ ਕਰਕੇ ਉਹ ਇਹਦਾ ਨਾਮਣਾ ਵੀ ਖੱਟ ਲੈਣ ਕਿ ਅਸੀਂ ਪੁਰਾਣੀ ਆ ਜਦੋਂ ਇਹ ਆਉਣੀ ਆ ਲਾਗੂ ਕਰਨ ਲਈ 2004 ਵਾਲੀ ਉਦੋਂ ਨੂੰ ਉਹ ਕਿਹਦੀ ਸਰਕਾਰ ਹੁਣੀ ਆ ਕਿਹਦੀ ਨਹੀਂ ਹੁਣੀ ਤੂੰ ਕੌਣ ਤੇ ਮੈਂ ਕੌਣ ਜੀ ਇੱਕ ਵਾਰੀ ਲਾਗੂ ਕਰ ਵੀ ਦਿੱਤੀ ਮੰਨ ਲਓ ਕੇਂਦਰ ਨੇ ਨਹੀਂ ਮੰਨਣਾ ਜਿਹੜਾ ਕੋਈ ਉਹਦੀ ਕੇਂਦਰ ਦੀ ਗੱਲ ਹੁੰਦੀ ਆ ਪਿਛਲੀ ਵਾਰੀ ਪੰਜਾਬ ਦਾ ਪੇਚਾ ਇਹੋ ਹੀ ਪਿਆ ਨਾ ਉਹਨਾਂ ਨੇ ਨਹੀਂ ਮੰਨੇ ਤੇ ਜੇ ਜੇ ਇਹਨਾਂ ਨੇ ਭਾਗਿਓ ਕਿ ਸੂਬੇ ਦੇ ਇਸ ਪੂਰੀ ਜ਼ਿੰਮੇਵਾਰੀ ਪੈਨਸ਼ਨ ਦੀ ਲੈ ਲਈ ਕੋਈ ਕੇਂਦਰ ਵੱਲੋਂ ਉਹਦੇ ੜਿੱਕਾ ਨਾ ਪਿਆ ਤਾਂ ਫਿਰ ਜਿਹੜੀਆਂ ਆਉਣ ਵਾਲੇ 10 ਸਾਲ ਤੇ ਬਹੁਤੇ ਰਿਟਾਇਰ ਨਹੀਂ ਹੋਣੇ ਉਹਨਾਂ ਦਾ ਉਦੋਂ ਤੱਕ ਕੰਮ ਉਨਾਂ ਸਰਕਾਰਾਂ ਦਾ ਨੰਗ ਜੂ ਫਿਰ ਜਿਹੜੇ ਮਗਰੋਂ ਆਉਣਗੇ ਆਪੇ ਫਾਤੇ ਰਹਿਣਗੇ ਪੈਨਸ਼ਨਾਂ ਮੋਟੀਆਂ ਹੋਣੀਆਂ ਜਿੰਨੀਆਂ ਅੱਜ ਟੀਚਰ ਦੀਆਂ ਤਨਖਾਹਾਂ ਉਦੋਂ ਇਹਦੇ ਨਾਲੋਂ ਕਿਤੇ ਪੈਨਸ਼ਨ ਜ਼ਿਆਦਾ ਹੋਣੀ ਆ ਤੇ ਉਹ ਫਿਰ ਰਲਮਿਲ ਜੋ ਵੀ ਹੈ ਜਿੱਦਨ ਨੂੰ ਜਾਣਾ ਹੈ ਉਹ ਫਿਰ ਫਿਰ ਮੈਂ ਤੁਹਾਨੂੰ ਅਰਜنٹਾਈਨਾ ਵਾਲੀ ਗੱਲ ਸੁਣਾ ਹੀ ਦਿੱਤੀ ਉਸ ਕਿਸਮ ਦਾ ਕੰਮ ਇੱਥੇ ਵੀ ਇਨਫਲੇਸ਼ਨ ਜੇ ਉਹ ਜੋ ਹੈ ਉਹ ਦੇਖਿਆ ਜਾਊਗਾ ਪਰ ਇਹਦੇ 'ਚ ਪੋਲਿਟਿਕਸ ਦੀ ਕੁੱਡੀ ਇੰਨੀ ਬਿਲਕੁਲ ਇਹ ਤਾਂ ਉਹੀ ਗੱਲ ਹੈ ਨਾ ਕਿ 2030 ਚ ਪਤਾ ਲੱਗੂਗਾ ਕਿਹੜਾ ਰਾਜਾ ਤੇ ਕਿਸ ਦੀ ਪਰਜਾ ਤੇ ਕਿਹੜੇ ਪਾਸੇ ਹਰਦਾਇ ਪਰ ਇੱਕ ਵਾਰ ਤਾਂ 2024 ਦੇ ਵਿੱਚ 24 ਤੱਕ ਜਿਹੜਾ ਇਹ ਚਿਤਰਾ ਇਲੈਕਸ਼ਨ ਦਾ ਮੁੱਦਾ ਬਣਾ ਰਹਿਣਾ ਨੋਟੀਫਿਕੇਸ਼ਨ ਜਾਰੀ ਕਰਕੇ ਉਹਨਾਂ ਨੂੰ ਜਿਵੇਂ ਕਹਿੰਦੇ ਨੇ ਕਿ ਗਾਜਰ ਲਟਕਾਉਣ ਵਾਲਾ ਕੰਮ ਨਾ ਉਹਨਾਂ ਦੇ ਅੱਗੇ ਧਰ ਦਿਓ ਕਹਿਣਗੇ 바ਵਾ ਪਲੀ ਸਰਕਾਰ ਨੇ ਕਰ ਦਿੱਤੀ ਪਰ ਚਲੋ ਪ੍ਰੋਵੈਂਸਰ ਵੀ ਇੱਕ ਹੋਰ ਗੱਲ ਹੈ ਕਿ ਜਦੋਂ ਖਜ਼ਾਨੇ ਚ ਪੈਸਾ ਪਾਉਣ ਦੀ ਗੱਲ ਆਉਂਦੀ ਹੈ ਕਿ ਠੀਕ ਹੈ ਤੁਸੀਂ ਜੀਐਸਟੀ ਦੇ ਜ਼ਰੀਏ ਜਾਂ ਹੋਰ ਸਕੀਮਾਂ ਕੱਢ ਰਹੇ ਹੋ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡੇ ਕੋਲ ਕਿਸਾਨੇ ਦੇ ਵਿੱਚ ਪੈਸਾ ਹੋਰ ਆ ਜੀ ਕਹਿੰਦੇ ਨੇ ਹੈ ਪੈਸਾ ਆਏਗਾ ਪਰ ਹੋਰ ਹੁਣਾ ਚਾਹੀਦਾ ਜਿੱਥੇ ਮਾੜੀਆਂ ਮੋਟੀਆਂ ਕਰਲਾ ਰਹਿ ਗਈਆਂ ਜਿਹੜਾ ਮਾਈਨਿੰਗ ਵਾਲਾ ਮਸਲਾ ਹੈ ਹੁਣ ਤੇ ਜੋੜਾ ਮਾਜਰਾ ਸਾਹਿਬ ਨੇ ਆਪਣਾ ਕਾਰਜ ਭਾਰ ਵੀ ਸੰਭਾਲ ਲਿਆ ਤੇ ਮੀਡੀਆ ਦੇ ਵਿੱਚ ਉਹਨਾਂ ਦੇ ਇੰਟਰਵਿਊਜ਼ ਵੀ ਆ ਰਹੀਆਂ ਨੇ ਕੀ ਜਿਹੜੇ ਦੋ ਮੰਤਰੀਆਂ ਦੇ ਕੋਲੇ ਪਹਿਲਾਂ ਇਹ ਵਿਭਾਗ ਰਿਹਾ ਜਿਵੇਂ ਹਰਜੂਤ ਬੈਂਸ ਕੋਲ ਰਿਹਾ ਮੀਤ ਹੇਰ ਦੇ ਕੋਲ ਰਿਹਾ ਇਹ ਉਹਦੀ ਕਿਹੜੀ ਕਮੀ ਰਹਗੀ ਕਿ ਉਹਦੇ ਉੱਤੇ ਕਦੇ ਕੋਈ ਕਮਿਸ਼ਨ ਬੈਠੇਗਾ ਕਿ ਕਿੱਥੇ ਕਮੀ ਰਹਗੀ ਸੀ ਮਤਲਬ ਕਿ ਕਿਦੀ ਨਜ਼ਰਸਾਨੀ ਦੇ ਵਿੱਚ ਇਹ ਸਾਰਾ ਜੋ ਜਿਹੜਾ ਕੋਤਾਲਾ ਹੁੰਦਾ ਰਿਹਾ ਜਾਂ ਨਜਾਇਜ਼ ਮਾਈਨਿੰਗ ਹੁੰਦੀ ਰਹੀ ਕਿੱਥੇ ਕੀ ਜਾਂਦਾ ਰਿਹਾ ਕੀ ਕਦੇ ਇਹਦੇ ਬਾਰੇ ਵੀ ਕੋਈ ਮੰਗ ਰੱਖੇਗਾ ਕਿ ਭਾਈ ਕਰੋ ਕਿਉਂ ਨਹੀਂ ਜਾਂਚ ਕਰਦੇ ਤੁਸੀਂ ਕਹਿ ਰਹੇ ਹੋ ਕਿ ਹੁਣ ਮੈਂ ਆ ਗਿਆ ਹੁਣ ਕੋਈ ਮਾਈਨਿੰਗ ਦਾ ਕੋਟਾਲਾ ਨਹੀਂ ਹੋਣਾ ਮਤਲਬ ਜਿਹੜੇ ਪਿੱਛੇ ਹੋਏ ਨੇ ਉਹਨਾਂ ਤੇ ਤੁਸੀਂ ਪਰਦਾ ਪਾ ਦਿਓ ਤੇ ਗਾਹ ਦੀ ਗੱਲ ਕਰੋ ਹੁਣ ਵੀ ਗਾਹ ਕਿਵੇਂ ਵਟਣਾ ਦੇਖੋ ਇਹ ਤੇ ਕੋਈ ਵੀ ਮਾਂ ਆਪਣੇ ਨਿਆਣਿਆਂ ਦੇ ਨੁਕਸ ਥੋੜੀ ਕੱਢਦੀ ਆ ਪਾਸੇ ਭਗਵੰਤ ਮਾਨ ਨੇ ਆਪਣੀ ਮੰਤਰੀਆਂ ਦੇ ਥੋੜੇ ਨੁਕਸ ਕੱਢਣੇ ਜੇ ਐਂਜੇ ਕਰਨ ਲੱਗ ਪੈਣ ਤੇ ਵਿਰੋਧੀ ਤੇ ਮੋਢੇ ਤੇ ਆ ਕੇ ਬਹਿ ਜਾਣਗੇ ਮੋਢਿਆਂ ਤੇ ਚੜ ਜਾਣਗੇ ਉਹ ਨਹੀਂ ਕਦੀ ਵੀ ਕੁਝ ਹੋਣਾ ਬਸ ਉਹ ਗੱਲ ਗਈ ਆਈ ਉਹ ਤੁਸੀਂ ਆਪਣੇ ਵਿਆਸ ਰਾਈਆਂ ਲਾਈ ਚਲੋ ਕਿਸੇ ਨੇ ਕੋਈ ਇਨਕੁਆਇਰੀ ਨਹੀਂ ਕਰਨੀ ਕੋਈ ਕੁਝ ਨਹੀਂ ਹੋਣਾ ਇਹ ਤੇ ਗੱਲ ਸਾਫ਼ ਹੀ ਆ ਆਪਣੇਆਂ ਨੂੰ ਕੋਈ ਨਿੰਦਦਾ ਨਹੀਂ ਉਹਨਾਂ ਨੂੰ ਐਉਂ ਲੱਗਦਾ ਫਿਰ ਤੇ ਅਸੀਂ ਆਪਣੇ ਪੈਰਾਂ ਤੇ ਆਪ ਹੀ ਕੁਵਾੜੀ ਮਾਰਦੇ ਆ ਰਾਜਨੀਤਿਕ ਸੱਤਾ ਦੀ ਜਿਹੜੀ ਭੌਂਤੜੇ ਬਾਜੀ ਉਹਦਾ ਉਹਦਾ ਕੁਝ ਰੂਲ ਤੇ ਇਹ ਹੋ ਜਾਈਆ ਪਰ ਲੋਕ ਵੀ ਇਸ ਗੱਲ ਨੂੰ ਆਪਣੇ ਪੱਧਰ ਤੇ ਵੀ ਜੱਜ ਕਰ ਰਿਹਾ ਇਹ ਕੀ ਕਰ ਰਿਹਾ ਲੋਕ ਦੇਖ ਹੀ ਰਿਹਾ ਮੈਂ ਰੇਤਾ ਬਾਰੇ ਇਨੀ ਵਾਰੀ ਗੱਲ ਕੀਤੀ ਹੈ ਕਿ ਵਡੇ ਵੱਡੇ ਤੁਸੀਂ ਗਏ ਹੋਣੇ ਆ ਜਿਹੜੇ ਬਜਰੀ ਵਾਲੇ ਉਹ ਲੱਗੇ ਤੇ ਕ੍ਰਸ਼ਰ ਲੱਗੇ ਤੁਸੀਂ ਜਾਓ ਬੜਾ ਮੈਂ ਮੈਂ ਤੇ ਉਹਨਾਂ ਬਾਰੇ ਸਟੱਡੀ ਵੀ ਕੀਤੀ ਸੀ ਇੱਕ ਵਾਰੀ ਉਹ ਕੋਈ ਪਰਵਾਹ ਨਹੀਂ ਕਰਦੇ ਕਿਸੇ ਕਿਸਮ ਦਾ ਬਸ ਉਹ ਇੱਕ ਨਵੀਂ ਕਿਸਮ ਦਾ ਤੁਸੀਂ ਕਹੋ ਕਿ ਰੇਤਾ ਬਜਰੀ mafia ਸੱਚੀ ਮੁੱੱਚੀ mafia ਆਈ ਹੈ ਉਨਾਂ ਦੀ ਸੈਟਲਮੈਂਟ ਜਿਵੇਂ ਕੋਰਟ ਤੋਂ ਬਾਹਰ ਸੈਟਲਮੈਂਟ ਹੋ ਕੇ ਨਹੀਂ ਸਾਰਾ ਕੇਸ ਸੈੱਟ ਹੋ ਜਾਂਦਾ ਉਹ ਉਹ ਉੱਥੇ ਕਾਨੂੰਨ ਨਹੀਂ ਲਾਗੂ ਹੁੰਦੇ ਉੱਥੇ ਕੁਝ ਹੋਰ ਲਾਗੂ ਹੁੰਦਾ ਉਹ ਚੱਲੀ ਜਾਂਦਾ ਉਸੇ ਤਰ੍ਹਾਂ ਪਹਿਲਾਂ ਵੀ ਚੱਲੀ ਜਾਂਦਾ ਸੀ ਹੁਣ ਵੀ ਤੁਹਾਨੂੰ ਪਤਾ ਰ ਅੱਗੇ ਰੌਲਾ 7525 ਦਾ ਪਿਆ ਸੀਗਾ ਹੁਣ ਪਤਾ ਨਹੀਂ ਕੀ ਹੋਇਆ ਕਿਸ ਤਰ੍ਹਾਂ ਦਾ ਰੌਲਾ ਹੋਊਗਾ ਇਹ ਇਹ ਉਹ ਤੇ ਵਿਰੋਧੀ ਪਾਰਟੀਆਂ ਨੂੰ ਕੱਢ ਕੇ ਲਿਆਉਣਾ ਚਾਹੀਦਾ ਕਿ ਅੱਜਕੱਲ ਫਰਪੋਰਸ਼ਨ ਕਿਦੀ ਕਿਦੀ ਕਿੰਨੀ ਕਿੰਨੀ ਚੱਲ ਰਹੀ ਆ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਪੈਸਾ ਜਿਹੜਾ ਰੇਤਾ ਬਜਰੀ ਵਾਲਾ ਆਉਣਾ ਚਾਹੀਦਾ ਸੀ ਉਹ ਆ ਨਹੀਂ ਰਿਹਾ ਇਹਨਾਂ ਨੂੰ ਚਾਹੀਦਾ ਇਹ ਆ ਕਿ ਜੇ ਪੈਸਾ ਨਹੀਂ ਆ ਰਿਹਾ ਜੇ 100 100 150 ਕਰੋੜ ਆ ਵੀ ਗਿਆ ਉਹਦੇ ਨਾਲ ਤੁਸੀਂ ਰੇਤਾ ਬਜਰੀ ਖੋਲਦੇ ਹੋ ਮੁਫਤ ਕਰਦੇ ਹੋ ਜਿਹਨੇ ਜਿੱਥੋਂ ਜਿੰਨੀ ਚਾਹੀਦੀ ਕੋਈ ਪੈਸਾ ਨਹੀਂ ਹੋਊਗਾ ਅੱਗੇ ਟਰਾਲੀਆਂ ਨਾਲ ਕੱਢਦੇ ਹੀ ਸੀ ਵੀ ਐਸੀ ਕਾਨੂੰਨ ਇਹ ਹੋਊਗਾ ਕਿ ਤੁਸੀਂ ایدੋ ਵੱਧ ਤੁਸੀਂ ਕਿਤੇ ਵੀ ਮਿੱਟੀ ਜਾਂ ਰੇਤਾ ਜਾਂ ਪੱਥਰ اٹھਾ ਨਹੀਂ ਸਕਦੇ ਉਹ ਕਾਨੂੰਨ ਹੁਣ ਵੀ ਹੈਗਾ ਉਹਨਾਂ ਕਾਨੂੰਨਾਂ ਮੁਤਾਬਕ ਜਿਹਨੂੰ ਜਿੰਨਾ ਚਾਹੀਦਾ ਚੱਕੀ ਚੱਲੋ ਕੋਈ ਜਿਹੜਾ ਪੈਸਾ ਲਊਗਾ ਉਹਨੂੰ ਸਰਕਾਰ ਅੰਦਰ ਕਰੂਗੀ ਉਹ ਆਪਣਾ ਜਿਹਨੂੰ ਲੋੜ ਆ ਉਹ ਆਪਣਾ ਲਿਆਵੇ ਜਾ ਕੇ ਇਸ ਕਿਸਮ ਦਾ ਕਰ ਦਿਓ ਕਿਉਂਕਿ ਪੈਸੇ ਤੇ ਆ ਹੀ ਨਹੀਂ ਰਹੇ ਤੇ ਫਿਰ ਮਾਫੀਆ ਨੂੰ ਕਾਨੂੰ ਇੰਨੇ ਪੈਸੇ ਇੰਨੀ ਮਹਿੰਗੀ ਰਹਿਤਾ ਲੋਕਾਂ ਨੂੰ ਤੇ ਮਿਲੇ ਸਸਤੀ ਮਿਲੇ ਨਾ ਤੇ ਲੋਕਾਂ ਨੂੰ ਰਾਹ ਤੇ ਆ ਨਾ ਸਰਕਾਰੀ ਖਜ਼ਾਨੇ 'ਚ ਪੈਸਾ ਆ ਰਿਹਾ ਇਹ ਤਰਾਸ ਦੀ ਵਾਲੀ ਗੱਲ ਈ ਆ ਇਸ ਨੂੰ ਕਿਵੇਂ ਕਰਨਾ ਉਹਨਾਂ ਜੋੜਾ ਮਾਜਰਾ ਨੂੰ ਵੀ ਦੇਖ ਲਿਓ ਨਹੀਂ ਤੇ ਉਦੋਂ ਬਾਅਦ ਕੋਈ ਫਿਰ ਫੋਸਾਦਾ ਭਗਵੰਤ ਮਾਨ ਆਪਣੇ ਕੋਲ ਚਾਰਜ ਲੈ ਲੇ ਫਿਰ ਦੇਖ ਲਾਂਗੇ ਇਹ ਚੱਲੀ ਜਾਊਗਾ ਬਿਲਕੁਲ ਬਿਲਕੁਲ ਨਾਲੇ ਉਹ ਰਿਪੋਰਟ ਨਾ ਹਾਲੇ ਤੱਕ ਕਿਸੇ ਮੀਡੀਆ ਦੇ ਵਿੱਚ ਨਸ਼ਰ ਨਹੀਂ ਹੋਈ ਧਿਆਨ ਰੱਖਾਂਗੇ ਕਿ ਜਦੋਂ ਇਹਨਾਂ ਨੇ ਕਿਹਾ ਸੀਗਾ ਕਿ ਆ ਜਿਹੜੀਆਂ ਅਸੀਂ ਖੱਡਾਂ ਜਿਹੜੀਆਂ ਨੇ ਤੁਸੀਂ ਸਸਤਾ ਰੇਟ ਆਪ ਦੀ ਟਰਾਲੀ ਲਿਆਓ ਉੱਤੇ ਆਪ ਦਾ ਭਰ ਕੇ ਲੈ ਜਾਓ ਕੋਈ ਪ੍ਰਵਾਹ ਨਹੀਂ ਤੇ ਉਹਦੇ ਬਾਰੇ ਮੁੜ ਕੇ ਕੋਈ ਗੱਲ ਨਿਕਲ ਕੇ ਸਾਹਮਣੇ ਬਾਹਰ ਨਹੀਂ ਆਈ ਮੈਂ ਕੋਸ਼ਿਸ਼ ਕਰਾਂਗਾ ਇਹਦੇ ਤੱਕ ਪਹੁੰਚਣ ਦੀ ਤਰ੍ਹਾਂ ਤੱਕੇ ਉਹ ਕਿਤੇ ਤੱਕ ਇਹ ਮਾਮਲਾ ਪਹੁੰਚਿਆ ਜਿੱਥੇ ਤੱਕ ਗੱਲ ਹੁੰਦੀ ਹੈ ਕਿ ਕੀ ਮਾਫੀਆ ਹੋ ਵੀ ਚੱਲ ਰਿਹਾ ਬਾਕੀ ਵੱਡਿਆਂ ਘਰਾਂ ਵਾਲੇ ਨੇ ਉਹਨਾਂ ਦੇ ਕੋਲ ਤਾਂ ਅੱਜ ਵੀ ਕਰੋੜਾਂ ਦੀਆਂ ਕੋਠੀਆਂ ਕਰੋੜਾਂ ਦੇ ਮਹਿਲ ਉਹ ਸਾਰਾ ਕੁਝ ਉਸੇ ਢੰਗ ਦੇ ਨਾਲ ਬਣ ਰਿਹਾ ਬਣਾ ਰਹੇ ਨੇ ਸਾਰਾ ਕੁਝ ਪੂਰਿਆ ਪ੍ਰਵਿੰਦ ਸਾਹਿਬ ਅਗਲੀ ਗੱਲ ਆਪਾਂ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਹਰਜੋਤ ਬੈਂਸ ਹੋਰਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹ ਮਾਰਚ 2024 ਤੋਂ ਅਦੇ ਆਪਕਾਂ ਦੇ ਨਾਲ ਜਾਂ ਕਹਿ ਲਓ ਕਿ ਪੂਰੇ ਅੰਬਲੇ ਫੈਲੇ ਦੇ ਨਾਲ ਲੈਸ ਹੋਣਗੇ ਜਿਹੜੇ ਹੁਣ ਤੱਕ ਕਹਿੰਦੇ ਜਿੱਥੇ ਘਾਟੇ ਤੇ ਘਾਟਾ ਹੈ ਸ਼ਾਇਦ 20000 ਕਹਿੰਦੇ ਅਧਿਪਕ ਇਕੱਠੇ ਸੀ ਇਸ ਤਰ੍ਹਾਂ ਦਾ ਕੋਈ ਉਹਨਾਂ ਨੇ ਅੰਕੜਾ ਜਿਹੜਾ ਉਹ ਜਾਰੀ ਕੀਤਾ ਆ ਜਿਹੜੇ ਦਾਅਵੇ ਹਰਜੂਤ ਬਹਿਨ ਸਿੱਖਿਆ ਦੇ ਮਾਡਲ ਨੂੰ ਉੱਪਰ ਲਾਜਾੜ ਦੇ ਕਰ ਰਹੇ ਨੇ ਜੇ ਤੁਹਾਡੇ ਧਿਆਨ 'ਚ ਹੋਵੇ ਉਹਦੀ ਜ਼ਮੀਨੀ ਹਕੀਕਤ ਕਿਸ ਤਰ੍ਹਾਂ ਦੀ ਕਿਉਂਕਿ ਪੜ੍ਹਾਈ ਦਾ ਲੈਵਲ ਵੀ ਤਾਂ ਉਹ ਜਿਹਾ ਚਾਹੀਦਾ ਹੈ ਕਿ ਕੀ ਬਾਕੀ ਉਸ ਲੈਵਲ ਦੀ ਪੜ੍ਹਾਈ ਉਹ ਕਰਾਉਣਗੇ ਅਧਿਆਪਕਦਿਆਂ ਕਰਵਾ ਰਹੇ ਨੇ ਜਾਂ ਕਿਤੇ ਕਮੀਆਂ ਪੇਸ਼ੀਆਂ ਇਸ ਤੋਂ ਇਲਾਵਾ ਹੋਰ ਵੀ ਤੇ ਹੁੰਦੀਆਂ ਸਕੂਲ ਦੇ ਸਿੱਖਿਆ ਮੰਤਰ ਵਿੱਚ ਸੁਖਵਿੰਦਰ ਜੀ ਜਿਹੜੀ ਸਾਡੀ ਪੜ੍ਹਾਈ ਦੇ ਵਿੱਚ ਹੈ ਨਾ ਦੋ ਕਮੀਆਂ ਆ ਇੱਕ ਤੇ ਚੰਗੇ ਕੰਪੀਟੈਂਟ ਟੀਚਰਾਂ ਦੀ ਭਰਤੀ ਨਹੀਂ ਹੋ ਰਹੀ ਵੈਸੇ ਜਿਹੜੇ ਟੀਚਰ ਹੈਗੇ ਵੀ ਆ ਉਹਨਾਂ ਨੂੰ ਜੇ ਪ੍ਰੋਪਰ ਜੋ ਉਹਨਾਂ ਦੇ ਸਕੇਲ ਪੈਸਾ ਬਣਦਾ ਗਵਰਨਮੈਂਟ ਜੌਬ ਦੀ ਸਿਕਿਉਰਿਟੀ ਹੋਏ ਹੁਣ ਇਹ ਤੇ ਕਈ ਕਿਸਮ ਦੇ ਟੀਚਰ ਭਰਤੀ ਕੀਤੇ ਆ ਕੋਈ 8000 ਤੇ ਕੋਈ 10000 ਤੇ ਇਹਨਾਂ ਦੇ ਇਹ ਤੇ ਮਿਨੀਮਮ ਵੇਜ ਵੀ ਨਹੀਂ ਆ ਕੰਸਕਿਲਡ ਲੇਬਰ ਦੀ ਇੰਨੀ ਹੈਗੀ ਉਹ ਵੀ ਵਾਧਿਆ ਤੇ ਉਹ ਫਿਰ ਟੀਚਰ ਕਿਹੋ ਜਿਹਾ ਪੜਾਉਣ ਗਿਆ ਜੇ ਪੜਾਉਣ ਕਿ ਗਵਰਨਮੈਂਟ ਸਕੂਲਾਂ ਦੀ ਮੈਂ ਗੱਲ ਕਰ ਰਿਹਾ ਪ੍ਰਾਈਵੇਟਾਂ ਦੀ ਉਹਨਾਂ ਚ ਵੀ ਇੰਦੀ ਲੋਟਿਆਈ ਜੀ ਸੋਸਾਇਟੀ ਦੇ ਟੀਚਰ ਆ ਆ ਜੀ ਫਲਾਨੇ ਦੇ ਆ ਠੇਕੇ ਦੇ ਟੀਚਰ ਆ ਲੈਕਚਰ ਦੇ ਇਹ ਸਕੂਲਾਂ ਨੂੰ ਜਿਸ ਤਰ੍ਹਾਂ ਪਹਿਲਾ ਸਿਸਟਮ ਸੀ ਰੈਗੂਲਰ ਚੰਗੇ ਟੀਚਰ ਭਰਤੀ ਹੋਣ ਪੱਕੀਆਂ ਨੌਕਰੀਆਂ ਹੋਣ ਫੇਰ ਸਰਕਾਰ ਨੂੰ ਨਾ ਤੋਂ ਕੰਮ ਵੀ ਲਵੇ ਕੰਮ ਉਹਨਾਂ ਤੇ ਦੇਖੋ ਭਰੋਸਾ ਕਰਕੇ ਚੱਲਣਾ ਪਊਗਾ ਤੇ ਉਹਨਾਂ ਕੰਮ ਉਹ ਦੇਣਗੇ ਵੀ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਨੂੰ ਸਰਕਾਰ ਨੇ ਪੈਨਸ਼ਨ ਵੀ ਦੇਣੀ ਆ ਸਾਨੂੰ ਪੱਕੀ ਨੌਕਰੀ ਆ ਇੱਕ ਨੌਕਰੀ ਦਾ ਡਰ ਵੀ ਹੁੰਦਾ ਜੇ ਤੁਸੀਂ ਕੰਮ ਨਹੀਂ ਕਰੋਗੇ ਕੋਈ ਇਨਕੁਆਰੀ ਹੋ ਜੂਗੀ ਇਸ ਕਿਸਮ ਦਾ ਕੰਮ ਜੇ ਚੱਲੇ ਤੇ ਇਹ ਹੋ ਸਕਦਾ ਦੂਜੀ ਗੱਲ ਜਿਹੜੀ ਹੈ ਇਨਫਰਾਸਟ੍ਰਕਚਰ ਦੀ ਕਮੀ ਨਹੀਂ ਹੈ ਜਿੱਥੇ ਕਮੀਆਂ ਮਾੜੀ-ਮੁੱਟੀ ਉਹਦਾ ਕੋਈ ਬੁਤਾ ਨਹੀਂ ਉਹ ਤੇ ਪਿੰਡ ਵਾਲੇ ਵੀ ਹੋਰ ਵੀ ਤੁਸੀਂ ਪੰਚਾਇਤਾਂ ਨੂੰ ਨਾਲ ਲਾ ਲਓ ਜਾਂ ਸ਼ਹਿਰਾਂ ਦੇ ਕਾਉਂਸਲਰਾਂ ਨੂੰ ਕਾਰਪੋਰੇਸ਼ਨ ਨੂੰ ਇਹੋ ਜਿਹੇ ਸਕੂਲ ਵੀ ਹੈਗੇ ਜਿਹੜੇ ਕਾਰਪੋਰੇਸ਼ਨ ਵੱਲੋਂ ਚੱਲਦੇ ਆ ਕਈ ਪੰਚਾਇਤਾਂ ਵੱਲੋਂ ਵੀ ਚੱਲਦੇ ਹੋਣਗੇ ਉਹਨਾਂ ਨੂੰ ਨਾਲ ਲਾ ਕੇ ਤੁਸੀਂ ਉਹ ਕਮੀ ਪੇਸ਼ੀ ਦੂਰ ਕਰ ਸਕਦੇ ਪਰ ਜਿੱਥੋਂ ਤੱਕ ਟੀਚਰ ਭਰਤੀ ਕਰਨ ਦੀ ਗੱਲ ਹੈ ਪੱਕੇ ਤੇ ਵਧੀਆ ਟੀਚਰ ਜਿਹੜੇ ਆ ਉਹ ਤੇ ਸਰਕਾਰ ਦਾ ਕੰਮ ਹੈ ਉਹ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਸਾਰੀ ਦੁਨੀਆ ਦੀਆਂ ਸਰਕਾਰਾਂ ਹੀ ਲੈਂਦੀਆਂ ਇਹ ਨਹੀਂ ਹੈ ਕਿ ਅਸੀਂ ਕੋਈ ਅਲੱਗ ਕੰਮ ਕਰਨਾ ਵੱਡੇ ਤੋਂ ਵੱਡੇ ਜਿਹੜੇ ਇੰਗਲੈਂਡ ਜਰਮਨੀ ਇਟਲੀ ਫਰਾਂਸ ਸਾਰੀ ਜਗ੍ਹਾ ਸਕੂਲ ਐਜੂਕੇਸ਼ਨ ਸਰਕਾਰਾਂ ਜ਼ਿੰਮੇਵਾਰੀ ਕੁਆਲਿਟੀ ਮਿਆਰੀ ਚੰਗੀ ਸਿੱਖਿਆ ਦਾ ਜ਼ਿੰਮੇਵਾਰੀ ਲੈਂਦੀਆਂ ਉਹ ਸਾਡੀ ਪੰਜਾਬ ਦੀ ਸਰਕਾਰ ਨੂੰ ਵੀ ਲੈਣੀ ਚਾਹੀਦੀ ਹੈ ਇਹਨਾਂ ਨੇ ਉਧਰ ਨੂੰ ਇਹ ਚੱਲੇ ਨਹੀਂ ਹੈਗੀ ਗੀਆਂ ਜੇ ਉਹ ਚੱਲਣਗੇ ਤੇ ਵੱਡੇ ਫੇਰ ਸਾਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੋਈ ਬੱਚਾ ਜਾਊਗਾ ਹੀ ਜਾਊਗਾ ਤੇ ਕੀ ਐਵੇਂ 5-7% ਜਾਣਗੇ ਇਹ ਤੋਂ ਵੱਧ ਨਹੀਂ ਜਾਣਗੇ ਜੇ ਆਪਾਂ ਮੇਰੇ ਸਾਹਮਣੇ ਇੱਕੋ ਇੱਕ ਲਿਟਮਸ ਟੈਸਟ ਆ ਜਣੀ ਜਿਹੜਾ ਪੱਕਾ ਟੈਸਟ ਹੋਵੇ ਕਿ ਪ੍ਰਾਈਵੇਟ ਦੇ ਸਕੂਲਾਂ ਨੂੰ ਕਿੰਨੇ ਲੋਕ ਛੱਡ ਕੇ ਜਾਂ ਜਿਹੜੇ ਕਾਮਨਟ ਆ ਜਾਂ ਅੰਗਰੇਜ਼ੀ ਬੋਲਣ ਵਾਲੇ ਸੋ ਕਾਲਡ ਸਕੂਲ ਆ ਜਾਂ ਦੁਕਾਨਾਂ ਦੁਕਾਨਦਾਰੀ ਬਿਜ਼ਨਸ ਚੱਲ ਰਿਹਾ ਪੜ੍ਹਾਈ ਦੇ ਨਾਂ ਤੇ ਉਹਨਾਂ ਨੂੰ ਛੱਡ ਕੇ ਕਿੰਨੇ ਵੱਡੇ ਪੱਦਰ ਤੇ ਮਾਪੇ-ਬਾਪ ਆਪਣੇ ਬੱਚੇ ਹੁਣ ਗਵਰਨਮੈਂਟ ਸਕੂਲਾਂ 'ਚ ਲਿਆਉਣ ਲੱਗ ਪਏ। ਜੇ ਤੇ ਉਹ ਇਹਦਾ ਮਤਲਬ ਫਿਰ ਅੱਗੇ ਨਾਲ ਇੰਪਰੂਵਮੈਂਟ ਹੋਈ ਹੈ। ਜੇ ਅਸੀਂ ਐਵੇਂ ਗੱਲਾਂ-ਬਾਤਾਂ ਕਰੀ ਜਾਂਦੇ ਆ ਆ ਅਸੀਂ ਕਰਤਾ ਉਹ ਕਰਤਾ ਐਮੀਨੈਂਸ ਦੇ ਸਕੂਲ ਹੋ ਗਏ ਉਹ ਹੋ ਗਏ। ਉਹ ਸਿਰਫ ਰਾਜਨੀਤੀ ਹੈ ਜੋ ਮਰਜ਼ੀ ਜੋ ਕਰਨਾ ਰੌਲਾ ਰੱਪਾ ਪੋਸਟਰ ਕੱਢ ਕੇ ਪਾਉਣੇ ਆ ਇਸ਼ਤਿਹਾਰ ਕੱਢ ਕੇ ਪਾਉਣੇ ਤੁਸੀਂ ਐਡਵਰਟਾਈਜ਼ਮੈਂਟਾਂ ਕਰਨੀਆਂ ਕਰੀ ਚੱਲੋ। ਪਰตราਤਲ ਤੇ ਆਮ ਲੋਕਾਂ ਨੂੰ ਰਾਹਤ এডਿਕੇਸ਼ਨ ਦੇ ਮਾਮਲੇ ਤੇ ਨਹੀਂ ਮਿਲ ਪਾਉਗੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਦਾ ਅਧਿਕਾਰ ਵੀ ਹੈ ਤੁਸੀਂ ਇਹ ਦੇਖੋ ਇਹ ਗਰੀਬ ਮਾਰ ਵੀ ਹੈ ਮੈਂ ਤੁਹਾਨੂੰ ਗੀ ਵੀ ਇੱਕ ਦਿਨ ਕੋਰਟ ਕਰਕੇ ਕਈ ਵਾਰੀ ਵੈਸੇ ਤੇ ਕਿਹਾ ਹੁਣ ਥੋੜੇ ਦਿਨ ਪਹਿਲੇ ਆਪਣੀ ਗੱਲ ਹੋਈ ਸੀ ਅਲਾਬਾਦ ਹਾਈ ਕੋਰਟ ਵਾਲਾ ਫੈਸਲਾ ਕਿਸੇ ਨੇ ਚੁਣੌਤੀ ਨਹੀਂ ਦਿੱਤੀ ਉਹਦੇ ਵਿੱਚ ਸਿੰਪਲ ਗੱਲਿਆ ਕਿ ਜੇ ਤੁਸੀਂ ਇੰਪਰੂਵਮੈਂਟ ਕਰਨੀ ਹੈ ਸਰਕਾਰ ਨੂੰ ਕਰਨਾ ਚਾਹੀਦਾ ਇਹ ਤੇ ਬੜੀ ਇਨਕਲਾਬੀ ਸਰਕਾਰ ਹੈ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਆ ਭਾਰਤ ਮਾਤਾ ਦੀ ਜੈ ਦੇ ਵੀ ਨਾਰੇ ਲਾਉਂਦੇ ਆ ਤੇ ਜੇ ਭਾਰਤ ਮਾਤਾ ਸੱਚੀ ਮੁੱਚੀ ਆਪਾਂ ਉਹਦੀ ਜੈ ਕਰਨੀ ਆ ਤਾਂ ਉਸ ਦੇ ਜਿਹੜੇ ਬਚਿੰਦੇ ਹੈਗੇ ਆ ਜਾਂ ਉਹਦੇ ਬੱਚੇ ਹੈਗੇ ਮਾਤਾ ਦੇ ਉਹਨਾਂ ਦੀ ਸੇਵਾ ਕਰਨਾ ਹੀ ਭਾਰਤ ਮਾਤਾ ਦੀ ਜੈ ਹੈ ਤੁਸੀਂ ਉਸ ਨੂੰ ਚੰਗੇ ਢੰਗ ਦੇ ਨਾਲ ਸਿੱਖਿਆ ਤਾਂ ਹੀ ਹੋ ਸਕਦੀ ਹੈ ਜਿੱਥੇ ਅਮੀਰ ਤੇ ਗਰੀਬ ਦੇ ਬੱਚੇ ਇਕੱਠੇ ਪੜਨਗੇ ਹੋਰ ਕੋਈ ਉਹਨਾਂ ਨੂੰ ਵਿਕਲਪ ਨਹੀਂ ਹੋਊਗਾ ਉਹ ਕਰਨਾ ਤਾਂ ਆ ਕਿ ਉਹਨਾਂ ਦਾ ਉਹਨਾਂ ਨੇ ਕੋਰਟ ਨੇ ਆਰਡਰ ਦਿੱਤਾ ਆ ਜਿਹੜਾ ਬਲਾ ਬਲਾ ਬਹਾਦਰ ਹਾਈ ਕੋਰਟ 6-7 ਸਾਲ ਪਹਿਲਾਂ ਦੀ ਗੱਲ ਹੈ ਛੇ-8 ਸਾਲ ਹੋ ਗਏ ਕਿ ਜਿਹੜੇ ਵੀ ਗਵਰਨਮੈਂਟ ਅਪਲਾਈ ਆ ਭਾਵੇਂ ਪੀ ਐਨ ਆ ਭਾਵੇਂ ਆਈ ਐਸਏ ਭਾਵੇਂ ਜੀ ਮਿਨਿਸਟਰ ਇਹ ਗੱਲ ਸਗੋਂ ਹਸਪਤਾਲਾਂ 'ਚ ਵੀ ਗਵਰਨਮੈਂਟ ਹਸਪਤਾਲਾਂ 'ਚ ਵੀ ਆ ਕਿ ਕੋਈ ਰੀਇੰਬਰਸਮੈਂਟ ਪ੍ਰਾਈਵੇਟ ਹਸਪਤਾਲਾਂ ਦੀ ਨਹੀਂ ਹੋਊਗੀ ਜਿਹੜਾ ਗਵਰਨਮੈਂਟ ਦੇ ਖਜ਼ਾਨੇ 'ਚੋਂ ਪੈਸਾ ਲਵੇ ਫੇ ਗਵਰਨਮੈਂਟ ਆਪਣੇ ਇੰਸਟੀਚਿਊਸ਼ਨਾਂ 'ਚੋਂ ਆਪਣੇ ਬੰਦਿਆਂ ਦੇ ਕਿਉਂ ਨਾ ਇਲਾਜ ਕਰੇ ਭਈ ਜੀਵਨਾ ਨੇ ਪ੍ਰਾਈਵੇਟ ਤੋਂ ਕਰਾਉਣਾ ਤੇ ਤੁਸੀਂ ਬਾਕੀ ਦਾ ਤੂੰ ਕੀ ਉਮੀਦ ਕਰੋਗੇ ਕਿ ਉਹ ਉੱਥੇ ਇਲਾਜ ਬੰਦਿਆਂ ਦਾ ਹੋਊਗਾ ਬੰਦਿਆਂ ਦਾ ਇਲਾਜ ਤੇ ਸਾਰੇ ਬੰਦੇ ਭਾਵੇਂ ਉਹ ਪੜ੍ਹਾਈ ਦਾ ਮਾਮਲਾ ਭਾਵੇਂ ਇਲਾਜ ਦਾ ਮਾਮਲਾ ਕੱਟੂ-ਕੱਟ ਦੋ ਗੱਲਾਂ 'ਚ ਗਵਰਨਮੈਂਟ ਦੇ ਬੰਦੇ ਜਿਹੜੇ ਗਵਰਨਮੈਂਟ ਤੋਂ ਤਨਖਾਹ ਲੈਂਦੇ ਆ ਭਾਵੇਂ ਉਹ ਪੀਐਨ ਆ ਤੇ ਭਾਵੇਂ ਉਹ ਚੀਫ ਮਿਨਿਸਟਰ ਆ ਭਾਵੇਂ ਕੋਈ ਜੱਜ ਹੈਗਾ ਤੇ ਭਾਵੇਂ ਕੋਈ ਹੋਰ ਜਿਹੜੇ ਵੀ ਬੰਦੇ ਆ ਆਈਏਐਸ ਹੈਗਾ ਆਈਪੀਐਸ ਹੈਗਾ ਸਾਰਿਆਂ ਦੇ ਬੱਚੇ ਗਵਰਨਮੈਂਟ ਸਕੂਲਾਂ 'ਚ ਪੜਨਗੇ ਤੇ ਗਵਰਨਮੈਂਟ ਹਸਪਤਾਲਾਂ 'ਚ ਇਲਾਜ ਕਰਨਗੇ ਜੇ ਉਹ ਕਿਤੇ ਬਾਹਰੋਂ ਕੁਝ ਕਰਦੇ ਆ ਤੇ ਕੋਈ ਉਹਨਾਂ ਦੀ ਰੀਇਮਬਰਸਮੈਂਟ ਕੋਈ ਕਿਸੇ ਕਿਸਮ ਦਾ ਪੈਸਾ ਉਹਨਾਂ ਨੂੰ ਨਹੀਂ ਮਿਲੂਗਾ ਕਰਕੇ ਤੇ ਦੇਖੋ ਫਿਰ ਕੀ ਹੁੰਦਾ ਪਤਾ ਲੱਗੂਗਾ ਕਿਉਂ ਨਾ ਸਾਰੇ ਸਕੂਲ ਰਾਤੋ ਰਾਤ ਟੀਪ ਟਾਪ ਸਾਰਾ ਐ ਵਧੀਆ ਸੜਕਾਂ ਵਧੀਆ ਸੁੱਤਰ ਹੋ ਜਾਣਗੇ ਨਲ ਨਲਕੇ ਪੈਣ ਵਧੀਆ ਸੋਹਣੇ ਬਾਥਰੂਮ ਸੋਹਣੇ ਪੋਸਟਰ ਪਾਸਟਰ ਲਾ ਕੇ ਸਾਰਾ ਕੁਝ ਠੀਕ ਹੋ ਜੂ ਪੱਖੇ ਜਿੱਥੇ ਨਹੀਂ ਚੱਲਦੇ ਪੱਖੇ ਵੀ ਚੱਲਣਗੇ ਜਿੱਥੇ ਬਿਜਲੀ ਦੀ ਸਾਰਾ ਕੁਝ ਚੱਗੇ ਤੇ ਇਹ ਕਹਿੰਦਾ ਸਾਰਾ ਚੱਲਣ ਲੱਗ ਜੂ ਕਿਉਂਕਿ ਉਹਨਾਂ ਨੂੰ ਉਹਨਾਂ ਨੇ ਆਪਣੇ ਬੱਚਿਆਂ ਲਈ ਕਰਨਾ ਨਾ ਕਿ ਸਮਾਜ ਦੇ ਆਪਣੀ ਕਿਸੇ ਕਾਨੂੰਨ ਦੇ ਤਹਿਤ ਕਰਨਾ ਇਸ ਗੱਲ ਨੂੰ ਜੇ ਹਿੰਮਤ ਕਰਕੇ ਕਾੜਨ ਜਾਂ ਸਾਡੇ ਪੰਜਾਬੀ ਜਾਂ ਕਿਸਾਨ ਜਾਂ ਹੋਰ ਜਿਹੜੇ ਲੋਕ ਹਮੇਸ਼ਾ ਸੜਕਾਂ ਦੇ ਉੱਤੇ ਲੋਕ ਹੱਕਾਂ ਦੀ ਗੱਲ ਕਰਦੇ ਉਹਨਾਂ ਨੂੰ ਵੀ ਇਹ ਗੱਲ ਵੱਡੇ ਪੱਤਰ ਤੇ ਲੈਣੀ ਚਾਹੀਦੀ ਬਿਲਕੁਲ ਹਵਾਈ ਦਾਅਵਿਆਂ ਦੇ ਨਾਲ ਜਾਂ ਫੋਕੀ ਸ਼ੋਰਤ ਜਿਹੜੀ ਆ ਆਬਿਆਨਾਂ ਦੇ ਨਾਲ ਖੱਟਣ ਦੇ ਨਾਲ ਤਾਂ ਕੁਝ ਨਹੀਂ ਨਾ ਬਣਦਾ ਇਸ ਤਿਹਾਰ ਤੁਸੀਂ ਦੇ ਦੇ ਕਿ ਪੰਜਾਬ ਦਾ ਜਿਹੜਾ ਸਿੱਧਾ ਕਹਿ ਸਕਦੇ ਆ ਕਿ ਸਤਿਆਨਾਸ਼ ਕੀਤਾ ਖਜ਼ਾਨੇ ਦਾ ਪਰ ਜਿਹੜੀ ਗੱਲ ਕਰਨ ਵਾਲੀ ਆ ਹੁਣ ਡਾਕਟਰ ਬਲਬੀਰ ਸਿੰਘ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ ਜਦੋਂ ਉਹਨਾਂ ਤੋਂ ਮhalla ਕਲੀਨਿਕਾਂ ਬਾਰੇ ਸਵਾਲ ਹੰਦੋ ਕਹਿੰਦੇ ਸਾਡੇ ਤੇ ਮੰਤਰੀ ਐਮ ਐਲ ਏ ਵੀ ਕਹਿੰਦੇ ਜਾਣਦੇ ਨੇ ਉੱਥੇ ਮhalla ਕਲੀਨਿਕਾਂ ਚ ਆਪਣਾ ਇਲਾਜ ਕਰਨ ਕੋ ਦਵਾਈ ਬੂਟੀ ਲੈਣ ਮੈਂ ਵੀ ਕਹਿੰਦੇ ਆਪਣਾ ਬੀਬੀ ਚੈੱਕ ਕਰਾਣ ਚਲਾ ਜਾਂਦਾ ਬੰਦਾ ਪੁੱਛੇ ਕਿ ਤੁਹਾਡੇ ਆਲੇ ਦੁਆਲੇ ਗਾਰਡ ਲੱਗੀ ਐ ਤੂੰ ਤੁਹਾਡੀ ਆਪਣੀ ਸਪੈਸ਼ਲ ਕੈਬਨਿਟ ਮੰਤਰੀ ਦੀ ਗੱਡੀ ਆ ਤੁਸੀਂ ਇੰਨਾ ਬੰਦਾ ਹਮਲਾ ਫੈਲਾ ਲਾ ਜਾ ਕਿ ਉਹ ਇੱਕ ਬੀਪੀ ਚੈੱਕ ਕਰਾਣਾ ਉਹ ਇੱਥੇ 10-10 ਰੁਪਏ ਮੈਡੀਕਲ ਵਾਲੇ ਲੈਂਦੇ ਨੇ ਉਹ ਮੈਡੀਕਲ 숍 ਤੋਂ ਉਹ ਚੈੱਕ ਕਰ ਦਿੰਦੇ ਨੇ ਉਹ ਵਾਧੂ ਦਾ ਖਰਚਾ ਤੁਸੀਂ ਸਗੋ ਓਵਰ ਜਿਹੜਾ ਉਹ ਖਜ਼ਾਨੇ ਦੇ ਉੱਤੇ ਬੋਝ ਪਾਉਣ ਦੇਗਾ ਨਹੀਂ ਨਹੀਂ ਬੀਪੀ ਐਮ ਇਹ ਇਹ ਪੋਲਿਟਿਕਲ ਗੱਲਾਂ ਆ ਸਖਵਿੰਦਰ ਜੇ ਬੀਪੀ ਚੈੱਕ ਕਰਾਉਣਾ ਬਲਬੀਰ ਸਿੰਘ ਨੇ ਮੇਰੇ ਕੋਲ ਮਸ਼ੀਨ ਪਈ ਮੈਂ ਕਰ ਦਿੰਦਾ ਤੁਸੀਂ ਕਹਿੰਦੇ ਕਿ ਤੇ ਜਾਣ ਉਹ ਹਰ ਘਰ ਚ ਉਹ ਕੋਈ ਗੱਲਾਂ ਨਹੀਂ ਹੈਗੀਆਂ ਸਵਾਲ ਇਹ ਜਿਹੜੇ ਸੀਰੀਅਸ ਐਲੀਮੈਂਟਸ ਹੈਗੀਆਂ ਕਿਸੇ ਦੇ ਗੁਰਦੇ ਫੇਲਿਆ ਕਿਸੇ ਦੇ ਕਿਡਨੀ ਕਿਸੇ ਨੂੰ ਕੋਈ ਕੈਂਸਰ ਕਿਸੇ ਦਾ ਕੋਈ ਸਾਈਕਲੋਜੀਕਲ ਡਿਪਰੈਸ਼ਨ ਦੇ ਬਹੁਤ ਵੱਡੇ ਮਰੀਜ਼ ਹੈਗੇ ਆ ਕਿਉਂਕਿ ਬੜੀਆਂ ਸਮਾਜ ਦੇ ਵਿੱਚ ਹੋ ਰਿਹਾ ਇਹ ਕੋਈ ਆ ਜਿਹੜੇ ਕੱਟਮਾਰ ਵੱਡ ਟੁੱਕ ਸਾਰਾ ਲਾਅ ਐਂਡ ਆਰਡਰ ਦੇ ਵਿੱਚ ਚੱਲ ਰਿਹਾ ਉਹ ਚੰਗੇ ਹਸਪਤਾਲ ਚਾਹੀਦੇ ਨਾ ਜਿਹੜੇ ਇੱਕਦਮ ਤੁਹਾਨੂੰ ਰਾਤ ਬਚਾਉਣ ਸਾਰਾ ਕੁਝ ਕਰਨ ਤੁਰਤ ਫੁਰਤ ਸਾਰਾ ਕੁਝ ਹੋਵੇ ਇਹ ਨਹੀਂ ਕਿ ਉਧਰੋਂ ਤੁਸੀਂ ਆਪਰੇਸ਼ਨ تھیਟਰ ਦੇ ਵਿੱਚ ਬੰਦੇ ਨੂੰ ਲੈ ਕੇ ਜਾਣ ਲੱਗੇ ਉਧਰੋਂ ਬਿਜਲੀ ਬੰਦ ਹੋ ਗਈ ਲੋਕ ਕਰੋ ਮੋਮਬਤੀਆਂ ਨਾਲ ਆਪਰੇਸ਼ਨ ਕਰੋ ਇਹ ਕੰਮ ਨਹੀਂ ਹੋਣਾ ਚਾਹੀਦਾ ਉਹ ਜਿਹੜਾ ਸਿਸਟਮ ਹੋਊਗਾ ਤਾਂ ਜਦੋਂ VIP ਜਿਹੜੇ ਬੰਦੇ ਉੱਥੇ ਜਾ ਕੇ ਉਹਨਾਂ ਨੂੰ ਕੋਈ ਹੋਰ ਵਿਕਲਪ ਨਹੀਂ ਹੋਊਗਾ ਜਿਹੜੇ ਜਾ ਕੇ ਪੈਸੇ ਦੇ ਬਲ ਬੂਤੇ ਕੁਝ ਕਰਨਾ ਵੀ ਚਾਹਣਗੇ ਉਹਨਾਂ ਦੀ ਥੂ ਥੂ ਹੋਊਗੀ ਸਮਾਜ ਦੇ ਅੰਦਰ ਇਹ ਕਰਨਾ ਚਾਹੀਦਾ ਕੀ ਦੀ ਪਤਾ ਲੱਗ ਗਿਆ ਵੀ ਕਿੰਨੀ ਦੇਸ਼ ਭਗਤੀ ਹੈ ਜਾਂ ਪੰਜਾਬ ਭਗਤੀ ਹੈਗੀ ਹੈ ਇਹਨੇ ਜਾ ਕੇ ਪੈਸੇ ਦੇ ਬਲ ਬੂਤੇ ਇਹ ਗੱਲਾਂ ਹੈਗੀਆਂ ਗਈ ਮੈਂ ਤੈਨੂੰ ਜਾਪਾਨ ਦੇ ਕਲਚਰ ਦੀ ਗੱਲ ਦੱਸਦਾ ਜੇ ਉੱਥੇ ਵਰਕਰ 4 ਵਜੇ ਵੇਲਾ ਹੋ ਗਿਆ ਉਹ ਆਪਣੇ ਘਰ ਨਹੀਂ ਆਉਂਦਾ ਕਿਉਂਕਿ ਜੇ ਉਹ ਰੋਜ਼ 5 ਵਜੇ ਹੀ ਘਰ ਆਉਂਦਾ ਜਾਂ 5:30 ਵਜੇ ਆਉਂਦਾ ਉਹਨੇ 11 ਵਜੇ ਹੀ ਘਰ ਆਉਣਾ ਉਹ ਬਾਹਰ ਘੁੰਮਦਾ ਰੋ ਪਾਰਕ 'ਚ ਬੈਠਾ ਚਾਹ ਪੀ ਜਾਊਗਾ ਮੈਂ ਪੁੱਛਿਆ ਸਾਡਾ ਬੰਦਾ ਇੱਕ ਇੰਟੈਲੈਕਚੁਅਲ ਸੀਗਾ ਹੁਣ ਤੇ ਉਹਦੀ ਡੈਥ ਹੋ ਗਈ ਵੀ ਉਹ ਇਹ ਕੀ ਕਾਰਨ ਉਹ ਗੁਵਾ ਚ ਆ ਕੇ ਮੈਨੂੰ ਮਿਲਿਆ ਉਹ ਕਹਿੰਦਾ ਜੀ ਉਹਦਾ ਕਾਰਨ ਇਹ ਹੈ ਕਿ ਉਹਨੂੰ ਬਾਹਰਲੇ ਲੋਕਾਂ ਦੀ ਸ਼ਰਮ ਇੰਨੀ ਮਾਰਦੀ ਆ ਵੀ ਉਹ ਸੋਚਦੀ ਆ ਕਿ ਬੇਲੜ ਦੇਖ ਲੈ 4 ਵਜੇ ਘਰ ਆ ਕੇ ਬਹਿ ਗਿਆ ਆਪਣੇ ਸਾਡੇ ਇੱਥੇ ਕੀ ਹੈ ਇਹੋ ਜਿਹਾ ਕਲਚਰ ਬਣਾਇਆ ਨਾ ਜੇ ਕੋਈ ਪੁੱਛੋ ਵੀ ਤੂੰ ਕੀ ਕਰਦਾ ਉਹ ਕਹਿੰਦਾ ਜੀ ਮੈਨੂੰ ਤੇ ਸਰਕਾਰੀ ਨੌਕਰੀ ਲੱਗੀ ਲੈ ਟਿਊਬਲ ਆਪਰੇਟਰ ਦੀ ਨੌਕਰੀ ਆ ਅੱਛਾ ਫਿਰ ਉਹਤੇ ਨੂੰ ਤਨਖਾਹ ਕਿੰਨੀ ਆ ਜਾਂ ਕਿਸੇ ਦੀ ਵੀ ਲਾ ਲਓ ਤਨਖਾਹ ਤੇ ਮੇਰੀ ਹੈਗੀ ਆ 20000 ਰੁਪਈਆ ਪਰ ਗੱਲ ਇਹ ਆ ਕਿ ਉੱਪਰੋਂ ਵੀ 40000 ਹੋ ਜਾਂਦੇ ਆ ਉਹ ਜਿਹੜਾ ਉੱਪਰ ਜਿਹੜਾ ਬੋਨਸ ਲਗਾਤਾਰ ਇਕੱਠਾ ਕਰਦੇ ਸੱਜੇ ਉਹ ਖਭਿਓ ਕਿ ਉਹ ਹੋ ਜਾਂਦਾ ਇਸ ਕਰਕੇ ਮੈਨੂੰ ਤੇ ਬੜਾ ਆਨੰਦ ਹੈਗਾ ਇਸ ਕਰਕੇ ਜਿਹੜੀ ਸਾਡੇ ਚੱਲੀ ਫਿਰ ਫਿਰ ਉਹ ਇੱਥੇ ਨਹੀਂ ਬਸ ਕਰਦਾ ਦੂਜੇ ਤਰ੍ਹਾਂ ਟੜਾਕਾ ਨਿਕਲੀ ਜਾਂਦਾ ਜਿਹੜਾ ਕਹਿੰਦਾ ਕਿ ਤੂੰ ਕੀ ਕਰਦਾ ਕਹਿੰਦਾ ਵੀ ਤਨਖਾਹ ਵੀ ਮਿਲਗੀ ਯਾਰ ਉੱਪਰੋਂ ਵੀ ਇਹੋ ਜੀ ਨੌਕਰੀ ਮੇਰੇ ਕੋ ਹੁਣੀ ਚਾਹੀਦੀ ਸੀ ਉਹ ਕਹਿੰਦਾ ਅਗਲੀ ਗੱਲ ਵੀ ਸੁਣ ਕੰਮ ਕੋਈ ਨਹੀਂ ਸਾਰੀ ਦਿਹਾੜੀ ਜਦੋਂ ਮਰਜ਼ੀ ਚੱਲੇ ਜਾਵੇਂ ਜਦੋਂ ਮਰਜ਼ੀ ਆ ਜਾ ਐ ਸਾਡੇ ਮਿਆਰ ਬਣੇ ਹੋਇਆ ਐਟੀਟਿਊਡ ਬਣੇ ਹੋਇਆ ਜਾਣੀ ਅਗਲਾ ਕੱਚਾ ਇਸ ਗੱਲ ਤੇ ਹੋ ਜਾਂਦਾ ਵੀ ਜਿਹੜਾ ਨਕਮਾ ਬੰਦਾ ਉਹਨੂੰ ਸਗੋਂ ਫਾੜ ਕੇ ਗਲੋਂ ਫਾੜ ਕੇ ਹੋਏ ਤੂੰ ਇਨੇ ਪੈਸੇ ਲਈ ਨਾ ਨਾਲੇ ਉੱਪਰੋਂ ਲਈ ਨਾ ਤੂੰ ਕੰਮ ਕਿਉਂ ਨਹੀਂ ਕਰਦਾ ਓਏ ਉਹਨੇ ਉਹ ਆਪ ਸਗੋਂ ਸ਼ਰਮਿੰਦਾ ਹੋ ਜਾਂਦਾ ਕਿ ਯਾਰ ਮੇਰੇ ਕੋਲ ਵੀ ਇਹ ਮਜ਼ਾ ਹੋਣਾ ਚਾਹੀਦਾ ਸੀ ਐ ਸਾਨੂੰ ਜਦ ਤੱਕ ਕਲਚਰਲ ਐਟੀਟਿਊਡ ਬਦਲਦੇ ਨਹੀਂ ਅਸੀਂ ਲੋਕਾਂ ਦੇ ਤੁਹਾਡੇ ਕੀ ਖਿਆਲ ਇਹ ਸੁਧਰ ਜਾਊਗਾ ਅਸੀਂ ਤੇ ਵੇਲੜਾ ਨੂੰ ਸਿਰ ਤੇ ਤਾਜ ਵਾਂਗੂ ਲਾਉਨੇ ਆ ਆ ਜਿਹੜੇ ਕੁਛ ਵੀ ਬੰਦੇ ਨਹੀਂ ਹੁੰਦੇ ਅਸੀਂ ਉਹਨਾਂ ਦੇ ਪਿੱਛੇ ਭੱਜ-ਭੱਜ ਕੇ ਉਹਨਾਂ ਨੂੰ ਐਉਂ ਸਿਰ ਤੇ ਚੜਾਉਂਦੇ ਆ ਕਿ ਫੇਰ ਉਹ ਹੀ ਜੁੱਤੀਆਂ ਮਾਰਦੇ ਆ ਫੇਰ ਸਾਨੂੰ ਪਤਾ ਨਹੀਂ ਲੱਗਦਾ ਹੁਣ ਲਾਈਏ ਕਿਵੇਂ ਆਪਣੇ ਆਪ ਦੇ ਲੋਕ ਭਰੋਸਾ ਕਰਨ ਔਰ ਜਿਹੜਾ ਸੂਬਿਆਂ ਦੇ ਅੰਦਰ ਜਾਂ ਸਕੂਲਾਂ ਜਾਂ ਹਸਪਤਾਲਾਂ ਜਾਂ ਕਿਤੇ ਵੀ ਪਬਲਿਕ ਲਾਈਵ ਦੇ ਵਿੱਚ ਕੀ ਕੁਝ ਚਾਹੀਦਾ ਉਹ ਸਾਨੂੰ ਲੋਕਾਂ ਨੂੰ ਹਿੰਮਤ ਮਾਰ ਕੇ ਲਾਗੂ ਕਰਨਾ ਪਊਗਾ ਤੁਸੀਂ ਐਂ ਜਿਨਾ ਪੁੱਠੇ ਪਾਸੇ ਹੋਣਾ ਚੱਲੋ ਕਿ ਕੰਮ ਨਾ ਕਰਨਾ ਪਏ ਮੈਂ ਕਿਹਾ ਕੰਮ ਤੇ ਮਿਲਦਾ ਹੀ ਨਹੀਂਗਾ ਕੰਮ ਮਿਲ ਜਾਏ ਤੇ ਇੰਨੀ ਬਹੁਤ ਆ ਕੰਮ ਨਾ ਕਰਨ ਦਾ ਤੇ ਸਵਾਲ ਹੀ ਨਹੀਂ ਪੈਦਾ ਹੋਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸਾਡੇ ਗੁਰੂਆਂ ਨੇ ਕਿਹਾ ਕਿ ਕਿਰਤ ਕਰਕੇ ਖਾਓ ਤੇ ਕਿਰਤ ਕਰਨ ਜਿਹੜੇ ਆ ਜਾਂ ਅਕਿਰਤੀ ਜਿਹੜੇ ਕੋ ਪੈਸੇ ਲੈ ਕੇ ਨਹੀਂ ਕਰਦੇ ਉਹਨਾਂ ਦੀ ਤੇ ਪਰਸਨਾ ਹੋਣੀ ਚਾਹੀਦੀ ਸਮਾਜਿਕ ਤੌਰ ਤੇ ਪਰਸਨਾ ਹੋਣੀ ਚਾਹੀਦੀ ਆ ਉਹਨਾਂ ਨੂੰ ਮਤਲਬ ਦੰਡਿਤ ਹੋਣੇ ਚਾਹੀਦੇ ਉਹ ਕਿਸੇ ਵੀ ਤਰੀਕੇ ਨਾਲ ਭਾਵੇਂ ਛੇ ਮਹਿੰਗੀ ਹੋਏ ਕੁਝ ਤੇ ਹੋਣਾ ਚਾਹੀਦਾ ਇਹ ਮੇਰੇ ਨੂੰ ਲੱਗਦਾ ਕਿ ਸਾਡੇ ਨਾ ਕਾਫੀ ਡੀਪ ਸੀਟਡ ਇਹੋ ਜੀਆਂ ਗੱਲਾਂ ਕਿ ਬੇ ਲੜਕਾ ਨੀ ਲੈ ਕੇ ਦੜ ਪਾਉਣ ਧਮਾਲ ਵੇ ਲੜ ਕਰਦੇ ਮੌਜਾਂ ਤੇ ਜਿਹੜਾ ਕੰਮ ਕਰਦਾ ਉਹਨੂੰ ਕਹਿੰਦੇ ਇਹ ਤੇ ਬੇਵਕੂਫਿਆ ਲੱਗਾ ਰਹਿੰਦਾ ਸਾਰੀ ਦਿਹਾੜੀ ਇਹ ਜਦ ਤੱਕ ਹੈਗਾ ਸਾ ਅਸੀਂ ਤਰੱਕੀ ਨਹੀਂ ਕਰ ਸਕਦੇ ਤਾਂ ਉਹ ਇੱਥੇ ਸਰਕਾਰਾਂ ਦੇ ਵੀ ਦੋਸ਼ ਨਹੀਂਣਾ ਸਾਡੇ ਤੇ ਵੀ ਉਂਗਲਾਂ ਚਾਰ ਉੱਠ ਜਾਂਦੀਆਂ ਕਿ ਅਸੀਂ ਸਰਕਾਰੀ ਮੁਲਾਜ਼ਮ ਐਵੇਂ ਵਿਖਿਆ ਦਫ਼ਤਰਾਂ 'ਚ ਜਾਓ ਸਵੇਰੇ ਆ ਕੇ ਹੁਣ ਤੋਂ ਨਾਲੇ ਠੰਡਾ ਮੌਸਮ ਹੈ ਚਾਹ ਪਕੌੜੇ ਨਾਲ ਉਹਦੇ ਕੋਈ ਬਿਸਕੁਟ ਸੇ ਬਿਸਕੁਟ ਚੱਲਦਾਰਿੰਦਾ ਇੱਕ ਦੂਜੇ ਨਾਲ ਟਰਪੱਲਾ ਮਾਰੀ ਆਉਂਦੀਆਂ ਜੇ ਕਿਸੇ ਦਾ ਕੰਮ ਆ ਗਿਆ ਤੈਨੂੰ ਕਰਨਾ ਰੁਕ ਜਾ ਤੈਨੂੰ ਨਹੀਂ ਪਤਾ ਲੱਗਦਾ ਸਾਫ ਚਾਹ ਪੀਂਦੇ ਨੇ ਹੱਥ ਹੋ ਗਈ ਫਿਰ ਉਹ ਜੇ ਹੀ ਉਹ ਜੇ ਹੀ ਫਿਰ ਤਾਣਾ ਬਣਾਉਣਾ ਉਹ ਜੇ ਹੀ ਫਿਰ ਅਗਲੀਆਂ ਪੀੜ੍ਹੀਆਂ ਨੇ ਸਬਕ ਲੈਣਾ ਤੇ ਫਿਰ ਉਵੇਂ ਦਾ ਹੀ ਸਾਰਾ ਸਿਸਟਮ ਹੋ ਜਾਣਾ ਫਿਰ ਕਹਣਾ ਜੀ ਸਰਕਾਰਾਂ ਨਹੀਂ ਚੰਗੀਆਂ ਉਹ ਵੀ ਜਦੋਂ ਰਿਟਾਇਰ ਹੋ ਗਏ ਉਸ ਤੋਂ ਬਾਅਦ ਜਦੋਂ ਵਿੱਚ ਬੈਠੇ ਨੇ ਉਹ ਚੁੱਪਚੀ ਬੀਤੇ ਆਪ ਦਾ ਟਾਈਮ ਟਪਾਈ ਹੁੰਦੇ ਨੇ ਅੱਛਾ ਪ੍ਰੋਫੈਸਰ ਗਰੰਟੀਆਂ ਦੀ ਗੱਲ ਕਰਦੇ ਆ ਕਿ ਹਰ ਥਾਂ ਦੇ ਉੱਤੇ ਆਪਣੀ ਵੀ ਆ YouTube ਤੇ ਜਦੋਂ ਖਬਰ ਚੱਲਦੀ ਐ ਜਾਂ ਹੋਰ ਚੈਨਲਾਂ ਤੇ ਵੀ ਚੱਲ ਰਹੀਆਂ ਖਬਰਾਂ ਪ੍ਰਧਾਨ ਮੰਤਰੀ ਸਾਹਿਬ ਦੀ ਮੈਂਟੇਨਮੈਂਟ ਐਡ ਆਉਂਦੀ ਐ ਕਿ ਮੋਦੀ ਜੀ ਕੀ ਗਰੰਟੀ ਆਵਾਜ਼ ਵੀ ਬੜੀ ਠਰਮੇ ਜਿਹੀ ਵਾਲੀ ਦਿੱਤੀ ਹੋਈ ਐ ਉਹਦੇ ਵਿੱਚ ਕਿਸੇ ਦੀ ਕਿ ਮੋਦੀ ਜੀ ਕੀ ਗਰੰਟੀ ਦੇ ਕੋਈ ਇੰਨੇ ਕਰੋੜ ਲੋਕਾਂ ਨੂੰ ਗਰੀਬੀ ਤੋਂ ਦੂਰ ਕਰ ਦਿੰਦਾ ਇੰਨੇ ਕਰੋੜ ਜਿਹੜਾ ਉਹ ਜਿਹੜਾ ਮੋਦੀ ਕੀਰਤ ਤੋਂ ਦਵਾਈਆਂ ਵੇਲਦੀਆਂ ਉਹਦੇ ਵਿੱਚੋਂ ਲੋਕਾਂ ਦਾ ਬਚ ਗਿਆ ਜੀ بڑے ਅੰਕੜਿਆਂ ਦੀ ਹੀਰ ਫੇਰ ਦੇ ਨਾਲ ਲੋਕਾਂ ਨੂੰ ਘਮਾਇਆ ਹੋਇਆ ਜਿਉਂ-ਜਿਉਂ ਪੰਜ ਸੂਬਿਆਂ ਦੀ ਇਲੈਕਸ਼ਨ ਦਾ ਨਤੀਜਾ ਦਾ ਦੇਣਾ ਜਿਹੜਾ ਨੇੜੇ ਆ ਰਿਹਾ ਤੇ ਉਹਨ ਤੂੰ ਜਿਹੜਾ ਇਹ ਐਡ ਦਾ ਕਲਚਰ ਹੋਰ ਤੇਜ਼ ਹੁੰਦਾ ਜਾ ਰਿਹਾ ਕਿ ਲੋਕਾਂ ਤੇ ਮੜਾ ਚੁਭਾ ਦਈਏ ਕਿ ਭਾਵੇਂ ਤੁਸੀਂ ਸਾਨੂੰ ਫਲਾਣੇ ਸੂਬੇ ਚ ਚੁਣਿਆ ਜਾਂ ਨਹੀਂ ਚੁਣਿਆ ਤਾਂ ਪਰ ਫਿਰ ਵੀ ਆਉਣਗੇ ਤਾਂ ਕਹਿੰਦੇ ਮੋਦੀ ਜੀ ਹੋਈ ਦੇਖੋ ਜਦ ਤੱਕ ਸਾਡੇ ਜਿਹੜੇ ਲੋਕ ਆ ਉਹ ਆਪ ਆਪਣੀ ਸੋਚ ਨੂੰ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ اٹੇ ਨਹੀਂ ਬਦਲਦੇ ਨਾ ਉਦੋਂ ਤੱਕ ਇਹਨਾਂ ਦੇ ਦਾ ਲੱਗਦੇ ਰਹਿਣਗੇ ਰਾਜਨੀਤਿਕ ਲੋਕਾਂ ਦੇ ਉਹ ਜਦੋਂ ਮੱਛੀ ਨੂੰ ਕੋਈ ਦਾਣਾ ਪਾਉਂਦੇ ਆ ਜੇ ਮੱਛੀ ਖਾਈ ਜਾਂਦੀ ਹੈ ਤੇ ਫਿਰ ਮੱਛੀ ਨੇ ਫਸਣਾ ਹੀ ਫਸਣਾ। ਇਹ ਮੱਛੀ ਨੂੰ ਸਮਝ ਪੈ ਜੇ ਵੀ ਇਹ ਤੇ ਦਾਣਾ ਨਹੀਂ ਹੈ ਤੇ ਜ਼ਹਿਰ ਹੈ ਤੇ ਮੈਨੂੰ ਫਸਾਉਣ ਲਈ ਹੈ। ਮੈਨੂੰ ਤਾਂ ਫੜ ਕੇ ਇਹਨਾਂ ਨੇ ਤੱਤੇ ਤੇਲ 'ਚ ਸੁੱਟ ਦੇਣਾ। ਫਿਰ ਤੁਸੀਂ ਉਹ ਦਾਣੇ ਵਾਲ ਨਹੀਂ ਜਾਓਗੇ। ਹੁਣ ਇਹ ਕਰਦੇ ਕਿ ਜਿੰਨੇ ਸਾਨੂੰ ਵਾਅਦੇ, ਜਿੰਨੇ ਸ਼ਗੂਫੇ, ਜਿੰਨੇ ਮਸ਼ਾਹੂਰੀਆਂ ਇਸ਼ਤਿਹਾਰ ਤੁਸੀਂ ਕਰ ਰਹੇ ਕਦੀ ਟਵਿੱਟਰ ਰਾਹੀਂ ਕੋਈ ਸੋਸ਼ਲ ਮੀਡੀਆ ਘਰ ਘਰ ਪਹੁੰਚਿਆ ਉਹ ਕੋਈ ਤੇ ਗੱਲ ਤੇ ਛੱਡਦੇ ਹੀ ਨਹੀਂ ਨਾ ਕੋਈ ਕਿਸੇ ਪਾਸੇ ਲੱਗੇ ਹੋਇਆ YouTube, Facebook ਸਾਰਾ ਉਹਨੂੰ ਜਿਹਦੇ ਕੋਲ ਜਿਹੜਾ ਦਾ ਲੱਗਦਾ ਉਹ ਦੇਖੀ ਤੁਰਿਆ ਜਾਂਦਾ ਚੱਟੀ ਵੀ ਜਾਂਦਾ ਉਹਨੂੰ ਮਤਲਬ ਗਾਂ ਤੋਰੀ ਵੀ ਤੁਰਿਆ ਜਾਂਦਾ ਇਹ ਇੱਕ ਜੰਗਲ ਬਣਿਆ ਹੋਇਆ ਬੜਾ ਚਾਹੀਦਾ ਇਹ ਇੱਕ ਪੁੱਛੜਾ ਸਵਾਲ ਚਾਹੀਦਾ ਇਹ ਗੱਲ ਕਿਹੜੀ ਅਚੀਵਮੈਂਟ ਹੈ ਕਿ ਤੁਸੀਂ ਜੀ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੰਨੇ ਆ ਇਹ ਕੋਈ ਅਚੀਵਮੈਂਟ ਵਾਲੀ ਗੱਲ ਹੈ ਇਹ ਤੇ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਸਾਡੇ 80 ਕਰੋੜ ਲੋਕੀ ਦੂ ਡੰਗ ਦੀ ਰੋਟੀ ਕਮਾ ਕੇ ਖਾਣ ਜੋਗੇ ਨਹੀਂ ਹੈ ਇਹ ਕਿੰਡੀ ਵੱਡੀ ਬੇਇੱਜ਼ਤੀ ਵਾਲੀ ਗੱਲ ਹੈ ਪਰ ਸਾ ਅਸੀਂ ਕੀ ਨੂੰ ਸਮਝਦੇ ਆ ਅਸੀਂ ਜਦੋਂ ਦੇ ਲੈਪ ਇਹ ਤੇ ਬਹੁਤ ਹੀ ਪਹਾਰ ਕਰਤਾ ਵੀ ਇੰਨੇ ਲੋਕਾਂ ਨੂੰ ਮੁਫਤ ਰੋਟੀ ਖਵਾਉਣੀ ਕਿਤੇ ਛੋਟੀ ਗੱਲ ਆ ਇਹ ਤੇ ਪਤਾ ਨਹੀਂ ਕਿਹੜਾ ਨਾਨਕ ਪੰਥ ਵਾਂਗੂ ਕੋਈ ਇਹਨਾਂ ਨੇ ਵੱਡੇ ਲੰਗਰ ਲਾ ਦੇਣੇ ਆ ਹੋਰ ਉਹ ਕਹਿੰਦੇ ਵੀ ਯਾਰ ਅੱਛਾ ਹੁਣ ਦਾਣੇ ਚੱਕੀਆਂ ਬਹੁਤ ਦੂਰ ਚਲੇ ਗਏ ਸਾਨੂੰ ਆਟਾ ਹੀ ਦੇ ਦੇ ਉਹ ਕਹਿੰਦੇ ਲਓ ਜੀ ਆਟਾ ਦੇ ਦੇਣੇ ਨਾਲ ਫੋਟੋ ਜ਼ਰੂਰ ਵੇਖਣੀ ਪਊਗਾ ਦੇਖਿਆ ਨਹੀਂ ਆ ਜਿਹੜੇ ਯਾਤਰਾ ਤੇ ਚੱਲੇ ਆ ਭਗਵੰਤ ਮਾਨ ਦੇ ਥੈਲੇ ਫੋਟੋਆਂ ਵਾਲੇ ਚੱਕੀ ਤੁਰੇ ਜਾਂਦੇ ਆ ਇਹ ਉਹਦੇ ਤੇ ਵੀ ਮਸ਼ਹੂਰੀ ਆਪਣੀ ਲਾ ਦੇਣੀ ਆ ਕੱਲ੍ਹ ਲਈ ਥੋੜੀ ਆਊਗਾ ਨਾਲ ਕੁਝ ਹੋਰ ਵੀ ਭੇਜੂ ਅਗਲਾ ਇਸ ਲਈ ਇਹ ਜਿਹੜਾ ਉੱਠੇ ਚੱਕਰ ਚ ਪਏ ਆ ਸੀ ਲੋਕ ਸਾਡੇ ਜਿਹੜੇ ਆ ਉਹ ਸਮਝ ਕੇ ਇੰਨਾਂ ਸਰਕਾਰਾਂ ਨੂੰ ਸਹੀ ਡਾਇਰੈਕਸ਼ਨ ਚ ਲਿਆਉਣ ਪਾਈ ਸਾਨੂੰ ਕੰਮ ਦਿਓ ਸਾਨੂੰ ਸਿਹਤ ਸਵਾਮਾ ਦਿਓ ਕੁਆਲਿਟੀ ਮਿਆਰੀ ਔਰ ਮਿਆਰੀ ਸਿੱਖਿਆ ਦਿਓ ਅ ਅਸੀਂ ਕਮਾ ਕੇ ਖਾਵਾਂਗੇ جے ਸਗੋਂ ਸਾਡੇ ਕੋਲ ਜੇ ਤੁਹਾਨੂੰ ਚਾਹੀਦਾ ਤੇ ਚਾਰ ਬੋਰੀਆਂ ਅਸੀਂ ਮੋਦੀ ਦੇ ਘਰ ਵੀ ਦਾਣੇ ਸੋਟਾਵਾਂਗੇ ਸਾਨੂੰ ਨਹੀਂ ਤੁਹਾਡੇ ਕਿਹਦੇ ਦਾਣਿਆਂ ਦੀ ਲੋੜ ਸਾਨੂੰ ਆਟਾ ਦਾਲ ਕੁਝ ਨਹੀਂ ਲੋੜ ਇਹ ਤੇ ਤੁਸੀਂ ਸਾਨੂੰ ਰੋਜ਼ ਹੀ ਰੋਜ਼ ਨਿਕੰਮੇ ਬਣਾ ਰਹੇ ਆਂ ਨਕੂੜੀ ਬਣਾ ਰਹੇ ਆਂ ਔਰ ਸਾਡੀ ਜਿਹੜੀ ਇਹ ਇੱਜ਼ਤਮਾਨ ਦੀ ਜੀਵਨ ਹੁੰਦਾ ਉਹਦੇ ਤੋਂ ਤੁਹਾਨੂੰ ਤੁਹਾਨੂੰ ਗਿਰਾ ਰਹੇ ਆਂ ਜੇ ਅਸੀਂ ਇੱਜ਼ਤਮਾਨ ਦੀ ਬੰਦਾ ਕੀ ਕਰੂਗਾ ਜਿਹਨੂੰ ਆਟਾ ਦਾਣੇ ਦਾਲਾ ਮਿਲ ਜਾਂਦਾ ਗਰੀਬ ਨੂੰ ਕੀ ਕਰੂਗਾ ਕੰਮ ਥੋੜੀ ਲੱਭੂਗਾ ਫਿਰ ਕੋਈ ਨਾ ਚੱਲ ਜਾ ਠੀਕ ਹੈ ਉਹ ਹੋਰ ਨ ਕੰਮਾ ਹੋ ਜਾਊਗਾ ਇਸ ਲਈ ਇੰਦਰ ਨੂੰ ਨਕਮੇ ਪਣ ਵਾਲ ਨੂੰ ਬੇਲੜਪਨ ਵਾਲ ਨੂੰ ਨਾ ਲਿਜਾਓ ਲੋਕਾਂ ਨੂੰ ਲੋਕਾਂ ਨੂੰ ਸਹੀ ਮਾਨਿਆ ਚ ਚਲਾਉਣਾ ਚਾਹੀਦਾ ਹੈ ਇਹੋ ਜੀਆਂ ਬਾਕੀ ਐਡਵਰਟਾਈਜ਼ਮੈਂਟ ਆ ਮੇਰਾ ਖਿਆਲ ਜੇ ਬੰਦੇ ਸੋਚਣ ਲੱਗ ਜਾਣ ਸਾਡੇ ਵੋਟਰ ਸੋਚਣ ਲੱਗ ਜਾਣ ਲੰਗੇ ਉਹਨਾਂ ਦੀ ਬੇਵਸੀ ਆ ਉਹਨਾਂ ਨੂੰ ਮੌਕਾ ਹੀ ਨਹੀਂ ਉਹਦੇ ਜਿਹੜਾ ਅੱਜ ਭੁੱਖਾ ਮਰਦਾ ਉਹ ਉਹਨੂੰ ਕਿਸੇ ਨੇ ਬੁਝਾਰਤ ਪਾਈ ਕਹਿੰਦਾ ਜੀ ਦੋ ਤੇ ਦੋ ਕਿੰਨਾ ਹੁੰਦਾ ਉਹ ਬੰਦਾ ਬਹੁਤ ਭੁੱਖਾ ਸੀ ਕਹਿੰਦਾ ਚਾਰ ਰੋਟੀਆਂ ਆਲੂ ਰੋਟੀਆਂ ਆਪਣੇ ਕੋਲ ਲਾ ਲਿਆ ਕਿਉਂਕਿ ਉਹਨੂੰ ਤੇ ਭੁੱਖ ਲੱਗੀ ਕਹਿੰਦਾ ਰੋਟੀਆਂ ਲਿਆ ਯਾਰ ਮੈਂ ਚਾਰ ਨਹੀਂ ਹੁੰਦੇ ਇਕੱਲੇ ਇਹ ਬਝਾਰ ਤੇ ਲੋਕਾਂ ਦੀ ਲੋਕ ਕੀ ਕਰਨ ਲੋਕਾਂ ਨੂੰ ਨਿਰਬਲ ਇੰਨਾ ਕਰ ਦਿੱਤਾ ਇਹਨਾਂ ਨੇ ਉਹਨੂੰ ਲਚਾਰ ਕਰ ਦਿੱਤਾ ਕਿ ਜੋ ਵੀ ਜੇ ਭੁੱਖੀ ਮੱਛੀ ਹੋਗੀ ਉਹ ਦਾਣਾ ਚੱਕੇ ਹੀ ਲਾਉਂਗੀ ਭਾਵੇਂ ਉਹਨੂੰ ਪਤਾ ਹੋਵੇ ਕਿ ਮੈਂ ਮਰ ਸਕਦੀ ਉਹਨੂੰ ਇਹ ਲੱਗਦਾ ਮੈਂ ਥੋੜੀ ਮਰਨਾ ਕੋਈ ਹੋਰ ਮਰੂਗਾ ਕੋਈ ਪਤਾ ਨਹੀਂ ਕਦੀ ਕਦੋਂ ਵਾਰੀ ਆ ਜਾਂਦੀ ਹੈ ਇਹ ਚੱਕਰ ਚੱਲਿਆ ਹੋਇਆ ਇਹ ਸਾਡੇ ਜਿਹੜੇ ਐਕਟਿਵਿਸਟ ਜਾਂ ਪੋਲੀਟੀਕਲ ਦਿਆਨਤਧਾਰ ਪਾਰਟੀਆਂ ਉਹਨਾਂ ਨੂੰ ਇਸ ਗੱਲ ਦਾ ਉੱਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਔਰ ਲੋਕਾਂ ਨੂੰ ਜਦ ਤੱਕ ਆਪਾਂ ਸਸ਼ਕਤ ਨਹੀਂ ਕਰਦੇ ਜਾਂ ਉਹਨਾਂ ਦੀ ਬੁੱਧੀ ਜਾਂ ਸੋਚ ਨੂੰ ਅਸੀਂ ਉਹਨਾਂ ਦੇ ਵਿੱਚ ਇਨਕਲਾਬੀ ਪੰਡ ਨਹੀਂ ਲੈ ਕੇ ਆਉਂਦੇ ਕਿ ਮਿਹਨਤ ਕਰਕੇ ਖਾਣਾ ਨਹੀਂ ਤੇ ਨਹੀਂ ਖਾਣਾ ਵੇਖੀ ਜਾਊਗੀ ਉਸ ਕਿਸਮ ਦਾ ਜੇ ਜੋਸ਼ ਤੇ ਸਵੈਮਾਨ ਦਾ ਜੀਵਨ ਨਹੀਂ ਅਸੀਂ ਉਹਨਾਂ ਨੂੰ ਜਾਂ ਆਦਤਾਂ ਨਹੀਂ ਪਾਉਂਦੇ ਤਾਂ ਫੇਰੇ ਨਾ ਪ੍ਰਧਾਨ ਮੰਤਰੀਆਂ ਦਾ ਵੀ ਦਾ ਲੱਗੂ ਲੱਗੀ ਜਾਊਗਾ ਚੀਫ ਮਿਨਿਸਟਰਾਂ ਦਾ ਕਰੀ ਉਹ ਬੇਬਕੂ ਬਣਾਈ ਜਾਊਗੀ ਖਦੀ ਹੋ ਬੇਬਕੂ ਬਣਾਈ ਚੋ। ਅੱਜ ਪ੍ਰੋਫੈਸਰ ਆਖਰੀ ਖਬਰ ਲੈਣੇ ਆਪਾਂ ਮਨੀਪੁਰ ਵਾਲੀ ਮਸਲਾ ਕਹਿੰਦੇ ਸੁਲਝਾ ਲਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ ਹੈ। ਦੇਖੋ ਇਹ ਗੱਲ ਹੋ ਵੀ ਸਕਦੀ ਹੈ ਨਹੀਂ ਵੀ ਇਹ ਤੇ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਤੁਹਾਨੂੰ ਪਤਾ ਮਿਜ਼ੋਰਮ ਨਾਲ ਦੀ ਸਟੇਟ ਆ ਲਾਲ ਡਿੰਗਾ ਹੋਣੀ ਉਥੋਂ ਦੇ ਮੀਜ਼ੋ نیشنل ਫਰੰਟ ਦੇ ਉਹ ਕਾਫੀ ਦਿਨ ਤੱਕ ਉਥੇ ਚੱਲਿਆ ਪਤਾ ਨਹੀਂ ਮੈਨੂੰ ਉਹ ਪਾਰਟੀ ਦਾ ਕੀ ਨਾਮ ਸੀਗਾ ਮੈਨੂੰ ਲੱਗਦਾ ਮੇਰੀ ਤੱਕ ਜਈ ਨਾਲ ਆ ਤੇ ਉਹ ਵੀ ਇhtiyar ਚੁੱਕੀ ਫਿਰਦੇ ਸੀ ਉਹ ਸਾਰੀਆਂ ਸਟੇਟਾਂ ਆਪਣੇ ਤੌਰ ਤੇ ਆਟਨਮਸ ਹੋਣੀ ਚਾਹੁੰਦੀਆਂ ਸੀ ਤੇ ਆਈਜ਼ਾਕ ਮੂਆ ਮੂਈਬਾ ਉਹ ਜਿਹੜੀਆਂ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ ਐਨ ਐਸ ਐਸ ਸੀ ਐਨ ਕੋਈ ਇਹੋ ਜਿਹਾ ਨਾਮ ਹੈਗਾ ਨਾ ਉਹਨਾਂ ਦਾ ਉਹ ਵੀ ਇਸੇ ਗੱਲ ਹੀ ਲੱਗੇ ਰਹੇ ਕਿ ਸੋਸ਼ਲਿਸਟ ਕੌਂਸਲ ਬਣਾਉਣੀ ਆਟਨਮਸ ਬਣਾਉਣੀ ਇਹ ਹੀ ਗੱਲ ਜਿਹੜੀ ਹੈ ਤੁਸੀਂ ਮਨੀਪੁਰ ਬਾਰੇ ਜਿਹੜਾ ਇਹਨਾਂ ਦਾ ਸਮਝੌਤਾ ਹੋਇਆ ਉੱਥੇ ਜਿਹੜਾ ਜੁਨਾਈਟਿਡ ਲਿਬਰੇਸ਼ਨ ਫਰੰਟ ਆਫ ਮਨੀਪੁਰ ਇਹ ਹੋ ਜਾ ਬਣਿਆ ਹੋਇਆ ਸੀਗਾ ਇਹ 50 60 ਸਾਲ ਪੁਰਾਣਾ ਬਣਿਆ ਹੋਇਆ ਉਹਨਾਂ ਦੇ ਚੇਅਰਮੈਨ ਨੂੰ 10 ਸਾਲ ਹੋ ਗਿਆ ਫੜਿਆ ਹੋਇਆ ਸੀ ਚਰ ਬੰਗਲਾਦੇਸ਼ੀਆ ਨੇ ਫੜ ਕੇ ਇੰਡੀਆ ਨੂੰ ਦੇ ਉਹਨਾਂ ਦੀ ਵੀ ਮੁੱਖ ਜਿਹੜੀ ਡਾਇਲੋਜੀ ਹੋਏ ਆ ਕਿ ਅਸੀਂ ਆਜ਼ਾਦੀ ਚਾਹੁੰਦੇ ਆਂ ਔਰ ਆਜ਼ਾਦੀ ਦੇ ਨਾਲ ਨਾਲ ਅਸੀਂ ਸੋਸ਼ਲਿਸਟ ਸਿਸਟਮ ਆਪਣਾ ਇੱਥੇ ਕਰਾਂਗੇ ਝੰਡਾ ਵੀ ਉਹਨਾਂ ਦਾ ਲਾਲ ਸਟਾਰ ਵਾਲਾ ਹੈ ਨਾ ਉਹਦਾ ਬਾਰਡਰ ਵੀ ਲਾਲ ਹੈ ਤੇ ਲਾਲ ਸਟਾਰ ਹੈ ਉਹਦਾ ਮਤਲਬ ਇਹ ਆ ਕਿ ਉਹ ਲੈਫਟ ओरिएंटेड ਰੈਡੀਕਲਾਈਜ਼ਡ ਆਰਮਡ ਬੰਦੇ ਜਿਹੜੇ ਉਹਨਾਂ ਦੇ ਆਰਮਡ ਜਿਹੜੀ ਰੈジਸਟੈਂਸ ਹੈ ਉਹ ਚਾਹੁੰਦੇ ਆ ਕਿ ਪੰਜਾਬ ਇੰਡੀਆ ਦੀ ਆਰਮੀ ਬਾਹਰ ਜਾਵੇ ਇੱਥੋਂ ਔਰ ਸਾਨੂੰ ਆਪਣੇ ਤੌਰ ਤੇ ਪਲੇਬਿਸਾਈਟ ਕਰਦਾ ਮੌਕਾ ਦਿੱਤਾ ਜਾਏ ਉਹਨਾਂ ਦਾ ਮੁੱਖ ਪਲੈਂਕ ਕੀ ਸੀਗਾ ਕਿ ਯੂਨਾਈਟਿਡ ਨੇਸ਼ਨ ਦੀ ਨਿਗਰਾਨੀ ਥੱਲੇ ਇੱਥੇ ਇੱਕ ਪੂਰੀ رائے شمਾਰੀ ਹੋਵੇ ਜੇ ਸਾਡੇ ਮਣੀਪੁਰ ਵਾਲੇ ਚਾਹਣ ਕਿ ਅਸੀਂ ਆਜ਼ਾਦ ਹੋਣਾ ਚਾਹੁੰਨੀ ਆ ਤੇ ਫਿਰ ਉਹਨਾਂ ਨੂੰ ਉੱਥੇ ਆਜ਼ਾਦ ਦਾ ਮਤਲਬ ਟੋਟਲੀ ਨਹੀਂ ਜਿਸ ਤਰੀਕੇ ਨਾਲ ਕਸ਼ਮੀਰ ਸੀਗਾ ਉਹ ਜਿਹਾ ਸਟੇਟਸ ਸਾਨੂੰ ਦਿੱਤਾ ਜਾਏ ਕੁਝ ਮਹਿਕਮੇ ਕੇ ਅੰਦਰ ਰੱਖ ਲੇ ਬਾਕੀ ਦੇ ਆਨੂੰ ਅਸੀਂ ਆਪਣੇ ਤੌਰ ਤੇ ਇੰਟਰਨਲੀ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਉਹ ਅਸੀਂ ਮਨੀਪੁਰ ਨੂੰ ਆਪਣੇ ਤੌਰ ਤੇ ਆਪ ਸੰਭਾਲੀਏ ਇਹ ਨਿਗਰਾਨੀ ਹੋਵੇ ਯੂਨ ਦੀ ਤੇ ਉਹਦੇ ਤੇ ਹੋਵੇ ਤੇ ਉਹਦੇ ਨਾਲ ਹੀ ਅਸੀਂ ਫਿਰ ਸਰੈਂਡਰ ਵੀ ਕਰ ਦਾਂਗੇ ਉਹਨਾਂ ਨੂੰ ਵੀ ਅਸੀਂ ਆਪਣੇ ਹਥਿਆਰ ਵੀ ਸਰੈਂਡਰ ਕਰ ਦਾਂਗੇ ਪਰ ਉਹ ਇਨਸ਼ੋਰ ਕਰਨ ਕਿ ਸਾਡਾ ਨਿਊਟਰਲ ਹੋ ਕੇ ਉੱਥੇ ਪਲੇਬਿਸਾਈਟ ਹੋਵੇ ਉਨੇ ਗੱਲਾਂ ਦੇ ਕੁਝ ਹੋਈਆਂ ਆਈਆਂ ਤੁਹਾਡੇ ਸਾਹਮਣੇ ਉੱਥੇ ਤੇ ਹੋਰ ਹੀ ਬੜਿਆ ਕੁਝ ਦਾ ਰੌਲਾ ਪਿਆ ਜੇ ਇੰਨਾ ਹਾਲਾਤਾਂ ਚ ਕੇਂਦਰ ਸਰਕਾਰ ਜਿਹੜੇ ਇਹਨਾਂ ਦੇ ਦੂਸਰੇ ਸੀ ਯੂਪੀਏ ਲਾਉਣਾ ਜੀ ਆ ਕਰਨਾ ਐਨਆਈਏ ਭੇਜਣੀ ਇਹ ਕਾਫੀ ਕੁਝ ਉੱਥੇ ਹੋ ਜੇ ਹੱਥ ਕੰਡੇ ਚਲਾਉਣੇ ਪੈਂਦੇ ਆ ਸਟੇਟ ਨੂੰ ਜਾਂ ਚਲਾਉਂਦੇ ਆ ਉਹਦੇ ਤੋਂ ਥੱਲੇ ਆ ਕੇ ਜੇ ਇਹਨਾਂ ਨੇ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਹਥਿਆਰ ਸਟਾਉਣ ਦੀ ਸਹਿਮਤੀ ਕਰ ਲਈ ਆ ਜਾਂ ਹਥਿਆਰ ਸੁੱਟੇ ਜਾ ਚੁੱਕੇ ਆ ਹੁਣ ਕਿੰਨੇ ਕੁ ਛੁੱਟਦੇ ਆ ਕਿੰਨੇ ਕੁ ਕੀ ਉਹ ਸਾਰੇ ਨਾਰਾਜ਼ ਹੁੰਦੇ ਆ ਜਾਂ ਕੋਈ ਚੰਦ ਲੋਕ ਨਾਰਾਜ਼ ਹੋ ਗਏ ਬਾਕੀ ਵਿੱਚੋਂ ਕੋਈ ਹੋਰ ਗਰੁੱਪ ਨਿਕਲ ਕੇ ਕਹਿੰਦਾ ਨਹੀਂ ਜੀ ਇਹ ਤੇ ਵਿਕਾ ਵਿਕ ਗਏ ਆ ਅਸੀਂ ਕਰਨਾ ਇਹੋ ਜੀਆਂ ਗੱਲਾਂ ਕੱਲਾ ਸਮਝੌਤਿਆਂ ਨਾਲ ਨਹੀਂ ਹੁੰਦੀਆਂ ਜਦ ਤੱਕ ਲੋਕ ਸੱਚੀ ਮੁੱੱਚੀ ਦਿਲੋਂ ਖੁਸ਼ ਨਾ ਹੋ ਜਾਣ ਕਿ ਹਾਂ ਸਰਕਾਰ ਜਿਹੜੀ ਹੈ ਸਾਡੀ ਵੈਲਫੇਅਰ ਲਈ ਇਹ ਕਰਨਾ ਕੋ ਚਾਹੁੰਦੀ ਹੈ ਤੇ ਸਾਨੂੰ ਇੰਨਾ ਤੇ ਭਰੋਸਾ ਜਿਹੜੀ ਬੇਭਰੋਸਗੀ ਆ ਅਜੇ ਤੇ ਉੱਥੇ ਬਹੁਤ ਜ਼ਿਆਦਾ ਅਲੱਗ-ਅਲੱਗ ਕਿਸਮ ਦੀ ਬੇਭਰੋਸਗੀ ਆ ਜੇ ਸਰੈਂਡਰ ਕਾਰ ਵੀ ਜਾਣਗੇ ਹੋਰ ਦਸ ਖੜੇ ਹੋ ਜਾਣਗੇ ਫੇਰ ਕੀ ਕਰੋਗੇ ਇਸ ਲਈ ਅਸਲ ਮਾਨਿਆ ਚ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਕਿ ਕੀ ਅਸੀਂ ਦੁਬਾਰਾ ਉਹ ਜੀ ਸ਼ਾਂਤੀ ਜੋ ਇਹ ਕਲੇਮ ਕਰ ਰਹੀ ਹੈ ਕੇਂਦਰੀ ਸਰਕਾਰ ਉਹ ਰੀਸਟੋਰ ਹੋ ਗਈ ਹੈ ਦੁਬਾਰਾ ਬਹਾਲ ਹੋ ਗਈ ਹੈ ਕਿ ਨਹੀਂ ਹੋਈ ਇਹ ਇਹਦਾ ਅਸਰ ਤੇ ਬਾਅਦ ਚ ਦੇਖਣ ਨੂੰ ਮਿਲੂਗਾ। ਜੀ। ਸ਼ੁਕਰੀਆ ਪ੍ਰਵਸਨ ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ।